ਸਾਤਰੀਆ ਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਕਲਾਸ ਵਿੱਚ ਜਨਤਕ ਸਹੂਲਤਾਂ ਨਾਮ ਦੇ ਚੈਪਟਰ ਨੂੰ ਡਿਸਕਸ ਕਰਨ ਜਾ ਰਹੇ ਆ ਇਹ ਕਲਾਸ ਤੁਹਾਡੇ ਪੀਐਸਟੈਟ ਐਂਡ ਸੀਟੈਟ ਇਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਸੋ ਅੱਜ ਦੀ ਕਲਾਸ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ ਐਂਡ ਸਮਝਣਾ ਹੈ ਇਹ ਜਿਹੜਾ ਚੈਪਟਰ ਹੈਗਾ ਕਲਾਸ 8th ਦੀ NCERT ਦੀ ਪੋਲਿਟੀਕਲ ਸਾਇੰਸ ਦੀ ਕਿਤਾਬ ਵਿੱਚੋਂ ਲਿਆ ਗਿਆ 9th ਲੈਸਨ ਐਂਡ ਇਸ ਚੈਪਟਰ ਨੂੰ ਤੁਸੀਂ ਧਿਆਨ ਨਾਲ ਸੁਣਿਓ ਚੈਪਟਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਸੋ ਆਪਣਾ ਲੈਸਨ ਓਪਨ ਕਰ ਲੈਨੇ ਆ ਆਪਣੇ ਲੈਸਨ ਦਾ ਨਾਮ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ ਜਨਤਕ ਸਹੂਲਤਾ ਜਨਤਕ ਸਹੂਲਤਾ ਨੂੰ ਤੁਸੀਂ ਪੰਜਾਬੀ ਵਿੱਚ ਤਾਂ ਜਨਤਕ ਸਹੂਲਤਾ ਕਹਿੰਦੇ ਹੋ ਅੰਗਰੇਜ਼ੀ ਵਿੱਚ ਤੁਸੀਂ ਇਹਨੂੰ ਕੀ ਕਹਿੰਦੇ ਹੋ ਪਬਲਿਕ ਫੈਸਿਲਿਟੀਆਂ ਇਹਨੂੰ ਤੁਸੀਂ ਕਹਿ ਸਕਦੇ ਹੋ ਐਂਡ ਇਸ ਤੋਂ ਪਹਿਲਾਂ ਆਪਾਂ ਕੁਝ ਸਹੂਲਤਾਂ ਬਾਰੇ ਪੜ੍ਹਿਆ ਸੀਗਾ ਪਹਿਲਾਂ ਵਾਲੇ ਲੈਸਨਾਂ ਦੇ ਵਿੱਚ ਕਿ ਪਾਣੀ ਦੀ ਜਿਹੜੀ ਸਮੱਸਿਆ ਹੈਗੀ ਆ ਜਾਂ ਫਿਰ ਜਿਹੜੀਆਂ ਪਬਲਿਕ ਫੈਸਿਲਿਟੀਆਂ ਹੈਗੀਆਂ ਸਰਕਾਰ ਦੁਆਰਾ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਆਮ ਲੋਕਾਂ ਨੂੰ ਕਿਵੇਂ ਸਟਰਗਲ ਕਰਨਾ ਪੈਂਦਾ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਆਲਥੋ ਆਪਣੇ ਕਨਸਟੀਟਿਊਸ਼ਨ ਆਫ ਇੰਡੀਆ ਵਿੱਚ ਵੀ ਆਪਣੇ ਰਾਈਟਸ ਦੀ ਹੱਕ ਦੀ ਗੱਲ ਕੀਤੀ ਹੋਈ ਆ ਬਟ ਫਿਰ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਬੜੇ ਹੀ ਧਿਆਨ ਨਾਲ ਸਮਝਾਂਗੇ ਕਿ ਸਰਕਾਰ ਦਾ ਕੀ ਦਾਇਤਵਾ ਹੁੰਦਾ ਆ ਕੀ ਡਿਊਟੀ ਹੁੰਦੀ ਆ ਸਾਨੂੰ ਇਹਨਾਂ ਚੀਜ਼ਾਂ ਨੂੰ ਪ੍ਰੋਵਾਈਡ ਕਰਾਉਣ ਦੇ ਵਿੱਚ ਇੱਥੇ ਗੱਲ ਕੀਤੀ ਜਾ ਰਹੀ ਹੈ ਤਿੰਨ ਚਾਰ ਫੈਮਿਲੀਜ਼ ਦੀ ਇੱਥੇ ਤਿੰਨ ਚਾਰ ਲੋਕ ਨੇ ਜਿਨ੍ਹਾਂ ਦੀਆਂ ਅਲੱਗ-ਅਲੱਗ ਸਟੋਰੀਜ਼ ਨੇ ਕਿ ਇੱਕੋ ਹੀ ਚੀਜ਼ ਦੇ ਲਈ ਇਹ ਸਾਰੇ ਕਿਵੇਂ ਫੇਸ ਕਰਦੇ ਹੈਗੇ ਆ ਕਈਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਐਂਡ ਕਈਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆ ਅਮੂ ਅਤੇ ਕੁਮਾਰ ਇਹ ਦੋ ਜਣੇ ਤੁਸੀਂ ਵੇਖ ਸਕਦੇ ਹੋ ਇੱਕ ਬੱਸ ਵਿੱਚ ਚੇਨਈ ਰਾਹੀਂ ਯਾਤਰਾ ਕਰ ਰਿਹਾ ਸੀ ਜਦੋਂ ਉਹ ਸ਼ਹਿਰ ਦੇ ਦਿਵਾਲੇ ਘੁੰਮਦੇ ਹਨ ਉਹ ਚੇਨਈ ਦੇ ਵੱਖ-ਵੱਖ ਖੇਸਿਆਂ ਵਿੱਚ ਉਪਲਬਧ ਪਾਣੀ ਦੀਆਂ ਸਹੂਲਤਾਂ ਨੂੰ ਵੇਖਦੇ ਹੈਗੇ ਆ ਉਹ ਅਬਜ਼ਰਵ ਕੀ ਕਰਦੇ ਆ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਜਿਹੜੀ ਚੀਜ਼ ਉਹ ਅਬਜ਼ਰਵ ਕਰਦੇ ਆ ਵੇਖੋ ਪਾਣੀ ਅਤੇ ਚੇਨਈ ਦੇ ਲੋਕ ਚੇਨਈ ਦੇ ਲੋਕਾਂ ਦੀ ਆਪਾਂ ਗੱਲ ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਜਿਹੜਾ ਪਰਿਵਾਰ ਹੈਗਾ ਉਹਦਾ ਕੀ ਨਾਮ ਹੈਗਾ ਸ਼੍ਰੀ ਰਾਮ ਗੋਪਾਲ ਕੀ ਨਾਮ ਹੈਗਾ ਸ਼੍ਰੀ ਰਾਮ ਗੋਪਾਲ ਨਾਮ ਦਾ ਜਿਹੜਾ ਇਨਸਾਨ ਹੈਗਾ ਯਾ ਇਹ ਕਾਫੀ ਅਮੀਰ ਇਹਨੂੰ ਤੁਸੀਂ ਕਹਿ ਸਕਦੇ ਹੋ ਸੀਨੀਅਰ ਸਰਕਾਰੀ ਅਧਿਕਾਰੀ ਹੈਗਾ ਯਾ ਇਹ ਬੰਦਾ ਅੰਨਾ ਨਗਰ ਚੇਨਈ ਵਿੱਚ ਇਹ ਪਰਸਨ ਰਹਿੰਦਾ ਯਾ ਇਹ ਇਲਾਕਾ ਕਹਿ ਸਕਦੇ ਆ ਕਿ ਇੱਥੇ ਜਿਹੜੀ ਪਾਣੀ ਦੀ ਫੈਸਿਲਿਟੀ ਹੈਗੀ ਆ ਕਾਫੀ ਖੁੱਲੀ ਡੁੱਲੀ ਆ ਖੁੱਲੀ ਡੁੱਲੀ ਦਾ ਭਾਪ ਇਹ ਹੈ ਕਿ ਜੇ ਆਪਨੇ ਇਹਨੇ ਆਪਦੀਆਂ ਗੱਡੀਆਂ ਧੋਣੀਆਂ ਹੋਣ ਤੇ ਟੂਟੇ ਖੁੱਲੇ ਛੱਡ ਸਕਦਾ ਯਾ ਆਪਦੀ ਗੱਡੀ ਧੋ ਸਕਦਾ ਯਾ ਐਂਡ ਉੱਥੇ ਕਾਫੀ ਸਾਰੇ ਬੂਟੇ ਵੀ ਲੱਗੇ ਹੋਏ ਆ ਬੂਟੇ ਲੱਗੇ ਹੋਣ ਦਾ ਭਾਪ ਇਹ ਹੈ ਕਿ ਉੱਥਾ ਉੱਥੇ ਜਿਹੜਾ এনवायरमेंट ਹੈਗਾ ਕਾਫੀ ਹਰਾ-ਭਰਾ ਆ ਪਾਣੀ ਪ੍ਰੋਪਰ ਮਿਲ ਰਿਹਾ ਐਂਡ ਮੰਨ ਲਓ ਕਿਸੇ ਦਿਨ ਪਾਣੀ ਪ੍ਰੋਪਰ ਨਹੀਂ ਆਇਆ ਜਾਂ ਫਿਰ ਵਾਟਰ ਸਪਲਾਈ ਵੱਲੋਂ ਪਾਣੀ ਨਹੀਂ ਛੱਡਿਆ ਗਿਆ ਉਸ ਦਿਨ ਕੀ ਕਰੇਗਾ ਇਹ ਪਰਸਨ ਸ਼੍ਰੀ ਰਾਮ ਗੋਪਾਲ ਜਿਹੜਾ ਪਰਸਨ ਹੈਗਾ ਆ ਇਹ ਕੀ ਕਰਦਾ ਇਹਦਾ ਮਿਨਿਸਿਪਲ ਵਾਟਰ ਬੋਰਡ ਦੇ ਵਿੱਚ ਕੁਝ ਲੋਕ ਹੈਗੇ ਜਿਹੜੇ ਕਿ ਇਹਨੂੰ ਜਾਣਦੇ ਆ ਕਿਉਂ ਜਾਣਦੇ ਆ ਕਿਉਂਕਿ ਅਮੀਰ ਬੰਦਾ ਆ ਸਰਕਾਰੀ ਅਧਿਕਾਰੀ ਆ ਸੋ ਓਬਵੀਅਸ ਜੀ ਗੱਲ ਹੈਗੀ ਹੈ ਕਿ ਉੱਥੇ ਲੋਕ ਉਹਨੂੰ ਜਾਣਦੇ ਹੋਣਗੇ ਲੋਕ ਜਾਣਨ ਕਰਕੇ ਇਹ ਕੀ ਕਰਦਾ ਹੈ ਉਹਨਾਂ ਨੂੰ ਕਹਿ ਦਿੰਦਾ ਕਿ ਪਾਣੀ ਛੱਡ ਦਿਓ ਜਾਂ ਫਿਰ ਟੈਂਕਰ ਲੈ ਆਓ ਟੈਂਕਰ ਨਾਲ ਫਿਰ ਇਹਦਾ ਸਰ ਜਾਂਦਾ ਸਾਰਾ ਕੰਮ ਇਹਦਾ ਹੋ ਜਾਂਦਾ ਇਹ ਗੱਲ ਸੀਗੀ ਸ਼੍ਰੀ ਰਾਮ ਗੋਪਾਲ ਦੀ ਇਹਨੂੰ ਵੇਖੋ ਪਾਣੀ ਦੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਨਹੀਂ ਪੈ ਰਿਹਾ ਦੂਜੇ ਪਾਸੇ ਵੇਖੋ ਸ਼ਹਿਰ ਦੀ ਹੋ ਰ ਇੱਥੇ ਗੱਲ ਕੀਤੀ ਕੀਤੀ ਜਾ ਰਹੀ ਹੈ ਮਾਈਲਾਪੁਰ ਨਾਮ ਦੀ ਜਗ੍ਹਾ ਹੈਗੀ ਹੈ ਕੀ ਨਾਮ ਹੈਗੀ ਹੈ ਜਗ੍ਹਾ ਦਾ ਨਾਮ ਮਾਈਲਾਪੁਰ ਜਗ੍ਹਾ ਦਾ ਨਾਮ ਹੈ ਇੱਥੇ ਕੌਣ ਰਹਿ ਰਿਹਾ ਇੱਥੇ ਸੁਬਰਾਮਣੀਅਮ ਨਾਮ ਦੇ ਪਰਸਨ ਰਹਿ ਰਹੇ ਆ ਇਹਨਾਂ ਦਾ ਜਿਹੜਾ ਘਰ ਹੈਗਾ ਆ ਇਹਨਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਆ ਐਂਡ ਇਸ ਖੇਤਰ ਵਿੱਚ ਕੀ ਗੱਲ ਕਹੀ ਜਾ ਰਹੀ ਆ ਦੋ ਦਿਨਾਂ ਵਿੱਚ ਇੱਕ ਵਾਰ ਨਗਰ ਨਿਗਮ ਦੁਆਰਾ ਪਾਣੀ ਛੱਡਿਆ ਜਾਂਦਾ ਤੇ ਇਹਦੇ ਨਾਲ ਕੀ ਹੋਊਗਾ ਐਂਡ ਜਿਹੜਾ ਪਾਣੀ ਛੱਡਿਆ ਜਾਂਦਾ ਆ ਉਹ ਵੀ ਖਾਰਾ ਪਾਣੀ ਆ ਨਮਕੀਨ ਪਾਣੀ ਆ ਪੀਣ ਲਾਇਕ ਵੀ ਇੰਨਾ ਵਧੀਆ ਨਹੀਂ ਹੈਗਾ ਸੋ ਇੱਥੇ ਦੇ ਜਿਹੜੇ ਨਿਵਾਸੀ ਹੈਗੇ ਆ ਉਹ ਲੋਕ ਇਹਨੂੰ ਜਾਂ ਤਾਂ ਟਾਇਲਟਸ ਵਿੱਚ ਯੂਜ਼ ਕਰ ਲੈਂਦੇ ਆ ਜਾਂ ਤਾਂ ਜਿਹੜੇ ਆਪਣੇ ਕੱਪੜੇ ਹੁੰਦੇ ਆ ਘਰ ਦੇ ਜਿਹੜੇ ਕੰਮ ਹੁੰਦੇ ਆ ਉਹਨਾਂ ਚੀਜ਼ਾਂ ਲਈ ਇਹਨਾਂ ਪਾਣੀ ਦੀ ਵਰਤੋਂ ਕਰ ਲੈਂਦੇ ਆ ਸੁبرਮਣੀਅਮ ਟੈਂਕਰਾਂ ਤੋਂ ਪਾਣੀ ਖਰੀਦਣ ਤੇ ਪ੍ਰਤੀ ਮਹੀਨਾ ਨੂੰ ਕਿੰਨੇ ਪੈਸੇ ਦੇਣੇ ਪੈਂਦੇ ਆ ਕਿਉਂਕਿ ਉਸ ਸ਼ਹਿਰ ਦੇ ਵਿੱਚ ਪਾਣੀ ਦੀ ਜਿਹੜੀ ਫੈਸਿਲਿਟੀ ਹੈਗੀ ਆ ਉਹ ਪ੍ਰੋਪਰ ਨਹੀਂ ਹੈਗੀ ਜਿਹਦੇ ਕਰਕੇ ਸੁبرਮਣੀਅਮ ਵਰਗੇ ਲੋਕਾਂ ਨੂੰ ਟੈਂਕਰਾਂ ਦੀ ਲੋੜ ਪੈਂਦੀ ਆ ਟੈਂਕਰ ਖਰੀਦਣੇ ਪੈਂਦੇ ਆ ਤੇ ਇਹਨਾਂ ਨੂੰ 500 ਤੋਂ ਲੈ ਕੇ 600 ਰੁਪਈਆ ਖਰਚ ਕਰਨੇ ਪੈਂਦੀ ਹੈ ਪੀਣ ਵਾਲਾ ਜਿਹੜਾ ਪਾਣੀ ਹੈਗਾ ਆ ਠੀਕ ਹੈ ਜੀ ਪੀਣ ਵਾਲੇ ਪਾਣੀ ਲਈ ਇਹਨਾਂ ਨੂੰ ਕੀ ਕਰਨਾ ਪੈਂਦਾ ਸ਼ਹਿਰ ਵਾਸੀਆਂ ਨੇ ਆਪਣੇ ਘਰਾਂ ਵਿੱਚ ਪਾਣੀ ਸ਼ੁੱਧ ਕਰਨ ਵਾਲੇ ਜਿਹੜੇ ਫਿਲਟਰ ਲੱਗੇ ਹੁੰਦੇ ਆ ਉਹ ਇਹਨਾਂ ਨੇ ਲਵਾਏ ਹੋਏ ਆ ਠੀਕ ਹੈ ਜੀ ਸੋ ਇਹ ਗੱਲ ਸੀਗੀ ਸੁਬ੍ਰਮਣਿਅਮ ਦੀ ਫੈਮਲੀ ਦੀ ਦੂਜੇ ਪਾਸੇ ਇੱਕ ਸ਼ਿਵਾ ਨਾਮ ਦਾ ਪਰਸਨ ਹੈ ਮੱਡੀ ਮੱਡੀ ਪੱਕਮ ਦੇ ਵਿੱਚ ਰਹਿੰਦਾ ਆ ਕਿੱਥੇ ਰਹਿੰਦਾ ਆ ਮੱਡੀ ਪੱਕਮ ਦੇ ਵਿੱਚ ਰਹਿੰਦਾ ਆ ਪਹਿਲੀ ਮੰਜ਼ਲ ਤੇ ਕਿਰਾਏ ਦਾ ਇਹਦਾ ਘਰ ਹੈਗਾ ਆ ਤੇ ਚਾਰ ਦਿਨਾਂ ਵਿੱਚ ਇੱਕ ਵਾਰੀ ਪਾਣੀ ਲਿਆਉਂਦਾ ਪਰਸਨ ਇਹ ਪਾਣੀ ਦੀ ਕਮੀ ਇੱਥੇ ਕਹਿ ਸਕਦੇ ਆ ਮੇਨ ਰੀਜ਼ਨ ਆ ਜਿਹਦੇ ਕਰਕੇ ਇਹਨੂੰ 4 ਦਿਨਾਂ ਵਿੱਚ ਇੱਕ ਵਾਰੀ ਪਾਣੀ ਲਿਆਉਣਾ ਪੈਂਦਾ ਤੇ ਸ਼ਿਵ ਆਪਣੇ ਪਰਿਵਾਰ ਨੂੰ ਚਿੰਨੇ ਨਹੀਂ ਲਿਆ ਸਕਦਾ ਕਿਉਂ ਨਹੀਂ ਲਿਆ ਸਕਦਾ ਵੀ ਪਾਣੀ ਦੀ ਦਿੱਕਤ ਕਰਕੇ ਪਾਣੀ ਦੀ ਦਿੱਕਤ ਕਰਕੇ ਇਹ ਆਪਦੇ ਪਰਿਵਾਰ ਨੂੰ ਵੀ ਨਹੀਂ ਲਿਆ ਸਕਦਾ ਐਂਡ ਪੀਣ ਵਾਲਾ ਜਿਹੜਾ ਪਾਣੀ ਆ ਨਾ ਸ਼ਿਵ ਨੂੰ ਸ਼ਿਵ ਆ ਦੀ ਆਪਾਂ ਗੱਲ ਕਰ ਰਹੇ ਆ ਇਹਨੂੰ ਖਰੀਦਣਾ ਪੈਂਦਾ ਪਰਚੇਸ ਕਰਕੇ ਇਹਨੂੰ ਜਿਹੜਾ ਪੀਣ ਵਾਲਾ ਪਾਣੀ ਆ ਉਹ ਪੀਣਾ ਪੈਂਦਾ ਆ ਠੀਕ ਆ ਹੋ ਸਕਦਾ ਬੋਤਲ ਵਾਲਾ ਪਾਣੀ ਪੀਣਾ ਪੈਂਦਾ ਹੋਵੇ ਸ਼ਹਿਰਾਂ ਵਿੱਚ ਜੇ ਤੁਸੀਂ ਬੋਤਲ ਦਾ ਪਾਣੀ ਲੈਣ ਜਾਣੀ ਹੋ 20 ਤੋਂ 40 ਰੁਪਏ ਦੀ ਬੋਤਲ ਨਹੀਂ ਮਿਲਦੀ ਤੁਸੀਂ ਆਪ ਸੋਚੋ ਪੀਣ ਵਾਲੇ ਪਾਣੀ ਦੇ ਲਈ ਵੈਸੇ ਚਲੋ ਆਪਾਂ ਸ਼ਹਿਰਾਂ ਦੇ ਵਿੱਚ ਟਰੈਵਲ ਵਗੈਰਾ ਕਰਦੇ ਆ ਕਿਸੇ ਸ਼ਹਿਰ ਜਾਣੇ ਆ ਕਿਸੇ ਦੂਜਰੇ ਸ਼ਹਿਰ ਜਾਂ ਫਿਰ ਰੇਲਵੇ ਸਟੇਸ਼ਨ ਹੋ ਗਿਆ ਕਦੇ ਟੂਰ ਤੇ ਜਾਣੇ ਆ ਜਦੋਂ ਆਪਾਂ ਰੇਲਵੇ ਸਟੇਸ਼ਨ ਦੀ ਵਰਤੋਂ ਕਰਦੇ ਆ ਬੱਸਾਂ ਦੀ ਵਰਤੋਂ ਕਰਦੇ ਆ ਕਦੇ-ਕਦਾਈ ਆਪਾਂ 20 ਰੁਪਏ ਦੀ ਬੋਤਲ ਲੈ ਲੈਣੇ ਪਾਣੀ ਦੀ ਇੱਕ ਵਾਰ ਲੈਣੀ ਹੋਵੇ ਤੇ ਚਲ ਜਵੇ ਮਹੀਨੇ ਵਿੱਚ ਤੁਸੀਂ ਦੋ ਵਾਰ ਲੈਨੇ ਹੋ ਫਿਰ ਵੀ ਚਲ ਜਵੇ ਬਟ ਮੰਨ ਲਓ ਤੁਹਾਨੂੰ ਘਰ ਦੇ ਵਿੱਚ ਪੀਣ ਲਈ ਪਾਣੀ ਮਿਲੇ ਨਾ ਪੀਣ ਲਈ ਪਾਣੀ ਸਿਰਫ ਬੋਤਲ ਵਿੱਚ ਮਿਲੇ ਫਿਰ ਤੁਸੀਂ ਆਪ ਸੋਚੋ ਕਿ ਪੀਣ ਦੇ ਪਾਣੀ ਲਈ ਤੁਸੀਂ ਕਿੰਨੀਆਂ ਕ ਬੋਤਲਾਂ ਖਰੀਦੀ ਜਾਉਂਗੇ ਸੋ ਕੰਮ ਵੇਖੋ ਕਿੰਨਾ ਜ਼ਿਆਦਾ ਮਹਿੰਗਾ ਪੈ ਜਾਣ ਆ ਸੋ ਇਹ ਵੇਖੋ ਸ਼ਿਵਾ ਕੀ ਕਰ ਰਿਹਾ ਪੀਣ ਦੇ ਪਾਣੀ ਲਈ ਬੋਤਲਾਂ ਨੂੰ ਖਰੀਦ ਰਿਹਾ ਇਸ ਤੋਂ ਬਾਅਦ ਗੱਲ ਆਉਂਦੀ ਹੈ ਪਦਮਾ ਸਦਾ ਪੇਟ ਵਿੱਚ ਪਦਮਾ ਕੌਣ ਹੈ ਜੀ ਇੱਕ ਕਹਿ ਸਕਦੇ ਹਾਂ ਫੀਮੇਲ ਵਰਕਰ ਹੈ ਸਾਇਦਾ ਪੇਟ ਨਾਮ ਦੀ ਇੱਕ ਜਗ੍ਹਾ ਹੈਗੀ ਆ ਉੱਥੇ ਕੀ ਆ ਜੀ ਡੋਮੈਸਟਿਕ ਵਰਕਰ ਹੈ ਘਰ ਦੇ ਵਿੱਚ ਕੰਮ ਕਰਦੀ ਆ ਰਹਿੰਦੀ ਕਿੱਥੇ ਆ ਝੁੱਗੀ ਵਿੱਚ ਰਹਿੰਦੀ ਆ ਹਟ ਹੈਗੀ ਆ ਝੌਂਪੜੀ ਹੈਗੀ ਆ ਦੀ ਝੌਂਪੜੀ ਵਿੱਚ ਰਹਿੰਦੀ ਆ ਤੇ ਉਸ ਝੌਂਪੜੀ ਦੇ ਵਿੱਚ ਰਹਿਣ ਦੇ ਲਈ ਵੀ ਇਹਨੂੰ 650 ਰੁਪਏ ਦੇਣੇ ਪੈਂਦੇ ਆ ਫ੍ਰੀ ਨਹੀਂ ਹੈਗਾ ਉੱਥੇ ਵੀ ਜੇ ਝੌਂਪੜੀ ਵਿੱਚ ਰਹਿ ਰਹੀ ਆ ਤੇ ਉੱਥੇ ਵੀ ਇਹਨੂੰ 650 ਰੁਪਏ ਦੇਣਾ ਪੈਂਦਾ ਆ ਉੱਥੇ ਨਾ ਤਾਂ ਕੋਈ ਬਾਥਰੂਮ ਆ ਨਾ ਤਾਂ ਕੋਈ ਟੂਟੀ ਦਾ ਕਨੈਕਸ਼ਨ ਆ 30 ਝੌਂਪੜੀਆਂ ਹੋਣਗੀਆਂ ਜਿਹਦੇ ਨਾਲ ਕਹਿ ਸਕਦੇ ਆ ਕਿ ਸਾਂਝੀ ਟੂਟੀ ਹੋਊਗੀ ਤੁਸੀਂ ਸੋਚੋ 30 ਝੋਪੜੀਆਂ ਦੇ ਵਿੱਚ ਕਿੰਨੇ ਪਰਿਵਾਰ ਹੋਣੇ ਆ ਹਰੇਕ ਪਰਿਵਾਰ ਵਿੱਚ ਜੇ 4 ਜੀਵੀ ਹੋਏ ਤੇ ਤੁਸੀਂ 4 ਨਾਲ ਗੁਣਾ ਕਰ ਲਓ 4 8 12 120 ਬੰਦਿਆਂ ਲਈ ਇੱਕ ਨਿੱਕੀ ਜਿਹੀ ਟੂਟੀ ਜਿਸ ਵਿੱਚ ਵੀ ਰੋਜ਼ਾਨਾ ਕਿੰਨਾ ਪਾਣੀ ਆਉਂਦਾ ਆ ਰੋਜ਼ਾਨਾ ਦੋ ਵਾਰ ਸਿਰਫ 20 ਮਿੰਟਾਂ ਲਈ ਪਾਣੀ ਆਉਂਦਾ ਆ ਰੋਜ਼ਾਨਾ 20 ਮਿੰਟਾਂ ਲਈ ਪਾਣੀ ਆਉਂਦਾ ਆ ਉਹ ਵੀ ਕਹਿ ਸਕਦੇ ਆ ਦੋ ਟਾਈਮ ਤੇ ਫਿਰ ਵੇਖੋ ਇਹ ਕੀ ਕਰਦੇ ਆ ਇਹਨਾਂ ਨੂੰ ਫਿਰ ਡੇਲੀ ਇੱਕ ਪਰਿਵਾਰ ਨੂੰ ਤਿੰਨ ਬਾਲਟੀਆਂ ਪਾਣੀ ਆ ਕਹਿੰਦੇ ਵੀ ਭਰਨਾ ਜ਼ਰੂਰੀ ਆ ਇਹ ਪਾਣੀ ਕਿਹਦੇ-ਕਿਹਦੇ ਲਈ ਯੂਜ਼ ਕਰ ਸਕਦੇ ਆ ਪਾਣੀ ਕਹਿ ਸਕਦੇ ਆ ਕੱਪੜੇ ਵਗੈਰਾ ਧੋਣ ਲਈ ਪੀਣ ਲਈ ਵੀ ਇਹ ਇਸ ਪਾਣੀ ਦੀ ਵਰਤੋਂ ਕਰਦੇ ਆ ਤੇ ਲੋਕਾਂ ਨੂੰ ਪਾਣੀ ਦੇ ਟੈਂਕਰਾਂ ਲਈ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਆ ਤੁਸੀਂ ਵੇਖਿਆ ਆਪਾਂ 4 ਪਰਸੈਂਟਸ ਦੀ ਗੱਲ ਕਰ ਲਈ ਐ ਠੀਕ ਐ ਹੁਣ ਇਹਨਾਂ ਚਾਰਾਂ ਨੂੰ ਤੁਸੀਂ ਕੰਪੇਅਰ ਕਰੋ ਜਿਹੜਾ ਤਾਂ ਹੈਗਾ ਅਮੀਰ ਅਧਿਕਾਰੀ ਉਹ ਵੇਖੋ ਉਹਨੂੰ ਕੋਈ ਦਿੱਕਤ ਨਹੀਂ ਹੈਗੀ ਉਹ ਜਿੰਨਾ ਮਰਜ਼ੀ ਪਾਣੀ ਭਾਵੇਂ ਵੇਸਟ ਕਰ ਲਵੇ ਪੀ ਲਵੇ ਜੋ ਮਰਜ਼ੀ ਕਰੀ ਜਾਵੇ ਪਾਣੀ ਦਾ ਪਰ ਬਾਕੀ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਵੇਖੋ ਕਿੰਨੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਸੋ ਇਸ ਗੱਲ ਨੂੰ ਤੁਸੀਂ ਸਮਝ ਗਏ ਹੋਣੇ ਆ ਅੱਗੇ ਵੇਖੋ ਜੀਵਨ ਦੇ ਮੌਲਿਕ ਅਧਿਕਾਰ ਦੇ ਹਿੱਸੇ ਵਜੋਂ ਪਾਣੀ ਜੀਵਨ ਦੇ ਮੌਲਿਕ ਅਧਿਕਾਰ ਦੇ ਹਿੱਸੇ ਵਜੋਂ ਪਾਣੀ ਹੁਣ ਆਪਾਂ ਗੱਲ ਕਰਦੇ ਆ ਕਿ ਪਾਣੀ ਦੀ ਜਦੋਂ ਆਪਾਂ ਗੱਲ ਕਰਦੇ ਆ ਪਾਣੀ ਬੜੀ ਹੀ ਅਨਮੋਲ ਚੀਜ਼ ਆ ਪਾਣੀ ਬਿਨਾ ਆਪਾਂ ਨਹੀਂ ਰਹਿ ਸਕਦੇ ਪਾਣੀ ਜੀਵਨ ਲਈ ਕੀ ਹੈ ਜੀ ਸਿਹਤ ਲਈ ਚੰਗੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਚੰਗੀ ਸਿਹਤ ਲਈ ਮੈਂ ਕਿਉਂ ਕਹ ਰਿਹਾ ਕਿ ਆਪਣੇ ਪਾਣੀ ਪੀਣ ਨਾਲ ਸਿਹਤ ਬਣ ਜਾਣੀ ਆ ਬਿਲਕੁਲ ਨਹੀਂ ਬਟ ਜੇਕਰ ਆਪਾਂ ਗੰਦਾ ਪਾਣੀ ਪੀਵਾਂਗੇ ਫਿਰ ਆਪਾਂ ਬਿਮਾਰਤਾ ਹੋ ਜਾਾਂਗੇ ਨਾ ਸੋ ਚੰਗੀ ਸਿਹਤ ਲਈ ਕਹਿ ਸਕਦੇ ਆ ਕਿ ਚੰਗਾ ਪਾਣੀ ਸਾਫ਼ ਪਾਣੀ ਇਹ ਜ਼ਰੂਰੀ ਹੈਗਾ ਜੇਕਰ ਆਪਾਂ ਸਾਫ਼ ਪਾਣੀ ਨਾ ਪੀਵਾਂਗੇ ਜਿਹਦੇ ਨਾਲ ਕੀ ਹੋਊਗਾ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਕੀ ਕਰ ਸਕਦੇ ਆ ਵੀ ਸਫਰ ਕਰਾਂਗੇ ਜੇਕਰ ਆਪਾਂ ਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ ਆਪਾਂ ਨੂੰ ਦਸਤ ਹੋ ਜਾਣਗੇ ਫੇਚਸ ਵਰਗੀਆਂ ਹੈਜਾ ਵਰਗੀਆਂ ਬਿਮਾਰੀਆਂ ਹੋ ਜਾਣਗੀਆਂ ਐਂਡ ਤੁਹਾਨੂੰ ਪਤਾ ਇਹਨਾਂ ਬਿਮਾਰੀਆਂ ਕਰਕੇ ਲਗਭਗ 1600 ਤੋਂ ਵੱਧ ਜਿਹੜੇ ਭਾਰਤੀ ਹੈਗੇ ਆ ਇੱਕ ਪਾਸੇ ਤਾਂ ਆਪਾਂ ਕੀ ਕਹਿੰਦੇ ਆ ਢੋਲ ਵਜਾਉਨੇ ਆ ਕਿ ਭਾਰਤ ਜਿਹੜਾ ਹੈਗਾ ਆ ਦੁਨੀਆ ਦੀ ਸਭ ਤੋਂ ਕਹਿ ਲਓ ਕਿ ਵੱਧ ਦਵਾਈਆਂ ਪ੍ਰੋਡਿਊਸ ਕਰਨ ਵਾਲਾ ਉਤਪਾਦ ਕਰਨ ਵਾਲਾ ਦੇਸ਼ ਹੈਗਾ ਆ ਆਪਣੇ ਦੇਸ਼ ਵਿੱਚ ਹਰ ਸਾਲ ਕਿੰਨੇ ਡਾਕਟਰ ਨਿਕਲਦੇ ਆ ਆਪਣੇ ਮੈਡੀਕਲ ਕਾਲਜ ਇੰਨੇ ਜ਼ਿਆਦਾ ਹੈਗੇ ਆ ਬਟ ਦੂਜੇ ਪਾਸੇ ਇਹੋ ਜੀਆਂ ਖਬਰਾਂ ਵੀ ਤਾਂ ਵੇਖੋ ਕਿ 1600 ਤੋਂ ਵੱਧ ਜਿਹੜੇ ਭਾਰਤੀ ਹੈਗੇ ਆ ਜਿਨ੍ਹਾਂ ਦੀ ਕਹਿ ਲਓ ਉਹਨਾਂ ਵਿੱਚ ਵੀ ਨਾ ਜ਼ਿਆਦਾਤਰ ਜਿਹੜੇ ਹੈਗੇ ਆ ਇਹਦੇ ਵਿੱਚ 1600 ਦੀ ਮੈਂ ਗੱਲ ਕਰ ਰਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਰ ਸਾਲ ਇੱਥੇ ਗੱਲ ਕੀਤੀ ਜਾ ਰਹੀ ਹੈ ਠੀਕ ਹੈ ਨਾ ਹਰ ਸਾਲ ਕਹਿ ਰਿਹਾ ਕਿ 1600 ਤੋਂ ਵੱਧ ਭਾਰਤੀ ਜਿਨ੍ਹਾਂ ਕਹਿ ਲਓ ਕਿ ਪਾਣੀ ਗੰਦਾ ਪਾਣੀ ਪੀਣ ਕਰਕੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਪਾਣੀ ਵਾਲੀਆਂ ਬਿਮਾਰੀਆਂ ਕਰਕੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਇਹਨਾਂ ਬਿਮਾਰੀਆਂ ਦੇ ਲੱਗਣ ਕਰਨ ਜੇਕਰ ਇਹਨਾਂ ਲੋਕਾਂ ਨੂੰ ਸਾਫ਼ ਪਾਣੀ ਮਿਲੇ ਤੇ ਕੀ ਇਹਨਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਬਿਲਕੁਲ ਰੋਕਿਆ ਜਾ ਸਕਦਾ ਐਂਡ ਆਪਣਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਜਿਹਨੂੰ ਆਪਾਂ 21 ਦਾ ਜਿਹੜਾ ਆਰਟੀਕਲ ਹੈਗਾ ਆ ਇਹਦੇ ਵਿੱਚ ਕੀ ਕਿਹਾ ਗਿਆ ਆਪਾਂ ਨੂੰ ਜੀਵਨ ਜੀਣ ਦਾ ਅਧਿਕਾਰ ਦਿੱਤਾ ਹੋਇਆ ਆਪਾਂ ਗੱਲ ਕੀ ਕਰ ਰਹੇ ਸੀਗੇ ਜੀਵਨ ਦੇ ਮੌਲਿਕ ਅਧਿਕਾਰ ਦੇ ਹਿੱਸੇ ਵਜੋਂ ਪਾਣੀ ਜਿਹਦੇ ਵਿੱਚ ਆਪਾਂ ਮੌਲਿਕ ਅਧਿਕਾਰ ਨੂੰ ਕਨੈਕਟ ਕਰ ਰਹੇ ਆ ਰਿਲੇਟ ਕਰ ਰਹੇ ਆ ਪਾਣੀ ਦੇ ਨਾਲ ਇੱਥੇ ਗੱਲ ਕੀਤੀ ਗਈ ਹੈ ਕਿ ਜਿਹੜਾ ਆਰਟੀਕਲ 21 ਹੈਗਾ ਆ ਆਰਟੀਕਲ ਆਪਣੇ ਸੰਵਿਧਾਨ ਦਾ ਉਹਦੇ ਵਿੱਚ ਲਿਖਿਆ ਹੋਇਆ ਕਿ ਆਪਾਂ ਨੂੰ ਜੀਣ ਦਾ ਅਧਿਕਾਰ ਹੈਗਾ ਆ ਤੇ ਉਹਦੇ ਵਿੱਚ ਹੀ ਆਪਾਂ ਪਾਣੀ ਦੇ ਅਧਿਕਾਰ ਨੂੰ ਤਾਂ ਜੀਵਨ ਦੇ ਨਾਲ ਹੀ ਕਨੈਕਟ ਕਰਾਂਗੇ ਨਾ ਸੋ ਇਹਦੇ ਵਿੱਚ ਹਰ ਵਿਅਕਤੀ ਦਾ ਅਧਿਕਾਰ ਹੈਗਾ ਆ ਭਾਵੇਂ ਉਹ ਅਮੀਰ ਹੋਵੇ ਭਾਵੇਂ ਉਹ ਗਰੀਬ ਹੋਵੇ ਮੈਟਰ ਨਹੀਂ ਕਰਦਾ ਤੁਸੀਂ ਅਮੀਰ ਹੈਗੇ ਹੋ ਗਰੀਬ ਹੈਗੇ ਹੋ ਪਰ ਪੀਣ ਦਾ ਪਾਣੀ ਤਾਂ ਸਾਰਿਆਂ ਲਈ ਸਾਰਿਆਂ ਨੂੰ ਮਿਲਣਾ ਹੀ ਚਾਹੀਦਾ ਨਾ ਕਿਉਂਕਿ ਪਾਣੀ ਰੋਜ਼ਾਨਾ ਜ਼ਿੰਦਗੀ ਨੂੰ ਪੂਰਾ ਕਰਨ ਵੜੀ ਮਾਤਰਾ ਹੈਗੀ ਆ ਲੋੜਿੰਦੀ ਮਾਤਰਾ ਵਿੱਚ ਪਾਣੀ ਪ੍ਰਾਪਤ ਕਰਨਾ ਸਾਰਿਆਂ ਦਾ ਹੱਕ ਵੀ ਹੈਗਾ ਆ ਜੇਕਰ ਆਪਾਂ ਨੂੰ ਪਾਣੀ ਨਾ ਮਿਲਿਆ ਤੇ ਅਸੀਂ ਮਰ ਜਾਾਂਗੇ ਪਾਣੀ ਦੀ ਸਰਵ ਵਿਆਪਕ ਪਹੁੰਚ ਹੋਣੀ ਚਾਹੀਦੀ ਹੈ ਭਾਵੇਂ ਕਿ ਯੂਨੀਵਰਸਲ ਅਪਰੋਚ ਯੂਨੀਵਰਸਲ ਰੀਚ ਹੋਣੀ ਚਾਹੀਦੀ ਹੈ ਸਾਰੇ ਲੋਕਾਂ ਕੋਲ ਮੈਟਰ ਨਹੀਂ ਕਰਦਾ ਭਾਰਤ ਵਿੱਚ ਕਿੰਨੇ ਸਾਰੇ ਜ਼ਰੂਰਤਮੰਦ ਲੋਕ ਹੈਗੇ ਆ ਕਈ ਅਮੀਰ ਵੀ ਹੋਣਗੇ ਗਰੀਬ ਵੀ ਹੋਣਗੇ ਬਟ ਪਾਣੀ ਤੇ ਹੱਕ ਸਾਰਿਆਂ ਦਾ ਹੈਗਾ ਆ ਐਂਡ 2007 ਵਿੱਚ ਇੱਕ ਕੋਰਟ ਦੀ ਗੱਲ ਕੀਤੀ ਜਾ ਰਹੀ ਆ 2000 ਸੱਤ ਵਿੱਚ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਕੀ ਕਿਹਾ ਸੀਗਾ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਣੇ ਆ 2007 ਵਿੱਚ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਪੀਣ ਵਾਲੇ ਪਾਣੀ ਦੇ ਦੁਸ਼ਿਤ ਹੋਣ ਤੇ ਮਹਿਬੂਬਨਗਰ ਜ਼ਿਲ੍ਹੇ ਦੀ ਗੱਲ ਕੀਤੀ ਜਾ ਰਹੀ ਹੈ ਮਹਿਬੂਬਨਗਰ ਜ਼ਿਲ੍ਹਾ ਹੈਗਾ ਜਾਂ ਕਿੱਥੇ ਦਾ ਜ਼ਿਲ੍ਹਾ ਹੈ ਆਂਧਰਾ ਪ੍ਰਦੇਸ਼ ਦਾ ਇਹਦੇ ਜ਼ਿਲ੍ਹੇ ਵਿੱਚ ਨਾ ਇੱਕ ਪਿੰਡ ਵਾਸੀ ਦੁਆਰਾ ਕੋਰਟ ਨੂੰ ਪੱਤਰ ਲਿਖਿਆ ਗਿਆ ਤੇ ਉਹਦੇ ਵਿੱਚ ਕਿਹੜੀ ਗੱਲ ਲਿਖੀ ਗਈ ਇਹਦੇ ਵਿੱਚ ਇਹਨਾਂ ਨੇ ਲਿਖਿਆ ਪਿੰਡ ਵਾਸੀਆਂ ਨੇ ਕਹਿ ਲੋ ਕਿ ਸ਼ਿਕਾਇਤ ਲਗਾਈ ਕਿ ਇਨਾ ਦਿਨਾ ਨੇੜੇ ਇੱਕ ਟੈਕਸਟਾਈਲ ਕੰਪਨੀ ਐ ਟੈਕਸਟਾਈਲ ਜਿਹੜੀ ਕੰਪਨੀ ਹੈਗੀ ਆ ਉਹਨਾਂ ਦੇ ਪਿੰਡ ਵਿੱਚ ਜਿਹੜਾ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਹੁੰਦਾ ਨਾ ਉਹ ਉਹਨਾਂ ਦੇ ਪਿੰਡ ਦੇ ਲਾਗੇ ਸਿੱਟੀ ਜਾਂਦੀ ਐ ਜੇਕਰ ਇਹ ਕੰਮ ਕਰ ਰਹੀ ਐ ਤੇ ਜਿਹੜਾ ਦੂਸ਼ਿਤ ਪਾਣੀ ਐ ਉਹ ਉਹ ਕਿੱਥੇ ਜਾਊਗਾ ਜਾਊਗਾ ਲੇ ਪਾਣੀ ਨਾਲ ਜਦੋਂ ਉਹ ਮਿਲ ਗਿਆ ਤੇ ਫਿਰ ਆਪਾਂ ਜੇ ਉਹ ਪਾਣੀ ਕੱਢਾਂਗੇ ਕਿਤੇ ਉਹ ਵੀ ਸਿਚਾਈ ਲਈ ਕੱਢੀਏ ਕਿਉਂਕਿ ਆਪਾਂ ਟਿਊਬਵਲਸ ਦੀ ਵਰਤੋਂ ਕਰਕੇ ਜੇਕਰ ਆਪਾਂ ਖੇਤਾਂ ਨੂੰ ਪਾਣੀ ਲਾਵਾਂਗੇ ਤੇ ਉਹ ਗੰਦਾ ਪਾਣੀ ਕੈਮੀਕਲ ਵਾਲਾ ਪਾਣੀ ਹੀ ਆਊਗਾ ਨਾ ਜੇਕਰ ਆਪਾਂ ਪੀਣ ਲਈ ਵੀ ਪਾਣੀ ਕੱਢਾਂਗੇ ਤੇ ਉਹ ਸੇਮ ਜਿਹੜਾ ਆਪਾਂ ਨੂੰ ਗੰਦਾ ਪਾਣੀ ਹੀ ਪੀਣ ਨੂੰ ਮਿਲੇਗਾ ਸੋ ਜਿਹਦੇ ਨਾਲ ਨੁਕਸਾਨ ਵੇਖੋ ਕਿੰਨਾ ਹੋਊਗਾ ਇਹਨਾਂ ਲੋਕਾਂ ਦਾ ਸੋ ਇਹ ਸਾਰੀ ਗੱਲ ਦੱਸੀ ਗਈ ਤੇ ਜੱਜਾਂ ਨੇ ਫਿਰ ਮਹਿਬੂਬਨਗਰ ਜ਼ਿਲ੍ਹੇ ਦੇ ਕਲੈਕਟਰ ਨੂੰ ਹਦਾਇਤ ਦਿੱਤੀ ਕਿ ਤੂੰ ਜਾ ਹਰੇਕ ਬੰਦੇ ਨੂੰ 25 ਲੀਟਰ ਜਿਹੜਾ ਪਾਣੀ ਹੈਗਾ ਆ ਉਹ ਮਿਲਣਾ ਚਾਹੀਦਾ ਹਰੇਕ ਬੰਦੇ ਨੂੰ ਪਿੰਡ ਦੇ ਹਰੇਕ ਵਿਅਕਤੀ ਨੂੰ 25 ਲੀਟਰ ਜਿਹੜਾ ਪਾਣੀ ਹੈਗਾ ਆ ਉਹਦੀ ਸਪਲਾਈ ਹੋਣੀ ਚਾਹੀਦੀ ਹੈ ਸੋ ਇਸ ਗੱਲ ਨੂੰ ਤੁਸੀਂ ਧਿਆਨ ਨਾਲ ਸਮਝ ਲਿਓ ਕਿ ਇੱਥੇ ਕੋਰਟਸ ਨੂੰ ਵੀ ਕੀ ਕਰਨਾ ਪੈ ਰਿਹਾ ਇੰਟਰਫੇਅਰ ਕਰਨਾ ਪੈ ਰਿਹਾ ਕਿ ਭਈ ਲੋਕਾਂ ਨਾਲ ਜੇਕਰ ਐਕਸਪਲੋਇਟੇਸ਼ਨ ਹੋ ਰਹੀ ਹੈ ਲੋਕਾਂ ਨਾਲ ਗਲਤ ਹੋ ਰਿਹਾ ਤੇ ਕੋਰਟਸ ਨੂੰ ਤਾਂ ਵਿੱਚ ਆਉਣਾ ਹੀ ਪੈਣਾ ਆ ਕਿਉਂਕਿ ਜੇਕਰ ਆਪਣੇ ਆਲੇ-ਦੁਆਲੇ ਵੀ ਸਾਫ਼ ਪਾਣੀ ਆਪਾਂ ਨੂੰ ਨਹੀਂ ਮਿਲ ਰਿਹਾ ਤੇ ਆਪਾਂ ਵੀ ਕੋਰਟ ਤੱਕ ਅਪਰੋਚ ਕਰ ਸਕਦੇ ਆ ਜਨਤਕ ਸਹੂਲਤਾ ਦੀ ਆਪਾਂ ਗੱਲ ਕਰਦੇ ਆ ਕੀ ਪਬਲਿਕ ਫੈਸਿਲਿਟੀਆਂ ਜੇ ਆਪਣੇ ਚੈਪਟਰ ਦਾ ਨਾਮ ਹੀ ਪਬਲਿਕ ਫੈਸਿਲਿਟੀਆਂ ਹੈ ਜਨਤਕ ਸਹੂਲਤਾ ਜਨਤਕ ਸਹੂਲਤਾਆਂ ਮਾ ਹੁੰਦੀਆਂ ਕੀ ਨੇ ਇਸ ਤੋਂ ਪਹਿਲਾਂ ਆਪਾਂ ਪਹਿਲਾਂ ਵਾਲੇ ਚੈਪਟਰਾਂ ਵਿੱਚ ਵੀ ਜਨਤਕ ਸਹੂਲਤਾਂ ਬਾਰੇ ਪੜਿਆ ਸੀਗਾ ਜਿਵੇਂ ਬਿਜਲੀ ਦਾ ਜਿਹੜਾ ਕੰਮ ਹੈਗਾ ਹੁਣ ਜਿਹੜੀ ਮੈਂ ਵੀਡੀਓ ਰਿਕਾਰਡ ਕਰ ਰਹੀਆਂ ਲੈਪਟਾਪ ਤੇ ਰਿਕਾਰਡ ਕਰ ਰਹੀਆਂ ਲੈਪਟਾਪ ਕਿਦੇ ਨਾਲ ਚਾਰਜ ਹੋਇਆ ਬਿਜਲੀ ਨਾਲ ਚਾਰਜ ਹੋਇਆ ਇਸੇ ਤਰ੍ਹਾਂ ਹੀ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਜਾਣੇ ਆ ਪਬਲਿਕ ਟਰਾਂਸਪੋਰਟ ਦੀ ਵੱਤ ਤੋਂ ਕਰਦੇ ਆ ਅੱਜਕੱਲ ਫੀਮੇਲਸ ਤੁਸੀਂ ਵੇਖਿਆ ਹੋਣਾ ਕਿ ਪਬਲਿਕ ਟਰਾਂਸਪੋਰਟ ਖਾਸ ਕਰਕੇ ਸਰਕਾਰੀ ਜਿਹੜੀਆਂ ਬਸਾਂ ਨੇ ਉਹਦੇ ਵਿੱਚ ਫ੍ਰੀ ਟਿਕਟ ਮਿਲਦੀ ਹੈ ਪੰਜਾਬ ਦੇ ਵਿੱਚ ਜੇਕਰ ਕੋਈ ਫੀਮੇਲ ਸਟਾਫ ਹੈ ਜਾਂ ਫਿਰ ਕੋਈ ਫੀਮੇਲ ਪਰਸਨ ਹੈ ਸੋ ਉਹਨਾਂ ਲੋਕਾਂ ਨੂੰ ਉਹ ਸਾਰੇ ਲੋਕ ਕੀ ਕਰ ਰਹੇ ਆ ਪਬਲਿਕ ਫੈਸਿਲਿਟੀ ਦੀ ਵਰਤੋਂ ਕਰ ਰਹੇ ਆ ਸਕੂਲ ਕਾਲਜਾਂ ਦੇ ਵਿੱਚ ਵੀ ਕਈ ਵਾਰ ਵੇਖਿਆ ਜਾਂਦਾ ਕਿ ਬੱਚਿਆਂ ਦੀਆਂ ਫੀਸਾਂ ਮਾਫ ਕੀਤੀਆਂ ਜਾਂਦੀਆਂ ਨੇ ਕਾਫੀ ਸਾਰੀਆਂ ਕੰਡੀਸ਼ਨ ਹੋ ਸਕਦੀਆਂ ਨੇ ਕਈ ਵਾਰ ਜੇਕਰ ਤੁਸੀਂ ਚੰਗੇ ਨੰਬਰ ਲੈ ਕੇ ਆਉਣੀਓ ਵਜੀਫਾ ਵਗੈਰਾ ਵੀ ਮਿਲਦਾ ਆ ਸੋ ਜਿਹੜੇ ਸਕੂਲ ਕਾਲਜ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਇਹਨਾਂ ਨੂੰ ਤੁਸੀਂ ਜਨਤਕ ਸਹੂਲਤਾ ਕਹਿੰਦੇ ਹੋ ਅਤੇ ਇਹਦੇ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੀਆਂ ਜਨਤਕ ਸਹੂਲਤਾਂ ਨੇ ਹੋਰ ਵੀ ਕਾਫੀ ਸਾਰੇ ਇੰਡਾਇਰੈਕਟ ਰੇਕੇ ਨਾਲ ਵੀ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਵਿੱਚ ਜਿਹੜਾ ਇੱਕ ਸਕੂਲ ਹੈਗਾ ਯਾ ਬੱਚਿਆਂ ਨੂੰ ਸਿੱਖਿਆ ਵਗੈਰਾ ਪ੍ਰੋਵਾਈਡ ਕਰਵਾ ਰਿਆ ਸੋ ਇਹ ਵੀ ਕੀ ਆ ਇਹ ਵੀ ਇੱਕ ਜਨਤਕ ਸਹੂਲਤਾਂ ਹੈਗੀ ਆ ਬਿਜਲੀ ਦੀ ਸਪਲਾਈ ਨਾਲ ਕਾਫੀ ਸਾਰੇ ਲੋਕਾਂ ਨੂੰ ਡਾਇਰੈਕਟ ਕਹਿ ਸਕਦੇ ਆ ਜਾਂ ਫਿਰ ਇੰਡਾਇਰੈਕਟ ਫਾਇਦਾ ਹੁੰਦਾ ਆ ਬਿਜਲੀ ਨਾਲ ਪੰਪ ਚਲਾਏ ਜਾਂਦੇ ਆ ਫਿਰ ਕਿਸਾਨ ਆਪ ਦੇ ਖੇਤਾਂ ਨੂੰ ਪਾਣੀ ਦਿੰਦਾ ਆ ਐਂਡ ਲੋਕ ਬਿਜਲੀ ਨਾਲ ਚੱਲਣ ਵਾਲੀਆਂ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਉਹ ਚਲਾ ਸਕਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਵੀ ਖੋਲ ਸਕਦੇ ਆ ਰਾ ਹੁੰਦੀ ਹੈ ਸੋ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਆਪਾਂ ਨੂੰ ਬੈਨੀਫਿਟ ਹੀ ਹੁੰਦਾ ਆ ਇਹਨਾਂ ਪਬਲਿਕ ਫੈਸਿਲਿਟੀਆਂ ਨਾਲ ਜਿਹੜੇ ਆਮ ਲੋਕ ਗਰੀਬ ਲੋਕ ਜਾਂ ਫਿਰ ਕੋਈ ਵੀ ਪਰਸਨ ਹੈ ਇਹਨਾਂ ਪਬਲਿਕ ਫੈਸਿਲਿਟੀਆਂ ਨਾਲ ਜਨਤਕ ਸਹੂਲਤਾਂਵਾਂ ਨਾਲ ਸਾਨੂੰ ਬੈਨੀਫਿਟ ਹੀ ਹੁੰਦਾ ਆ ਬਟ ਸਰਕਾਰ ਦੀ ਕੀ ਭੂਮਿਕਾ ਆ ਜਦੋਂ ਆਪਾਂ ਗੱਲ ਕਰਦੇ ਹਾਂ ਪਬਲਿਕ ਫੈਸਿਲਿਟੀ ਦੇ ਵਿੱਚ ਸਰਕਾਰ ਦੀ ਕੀ ਭੂਮਿਕਾ ਹੋ ਸਕਦੀ ਆ ਸਿਰਫ ਸਰਕਾਰ ਹੀ ਕਿਉਂ ਕਿਉਂਕਿ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਸਭ ਤੋਂ ਜ਼ਰੂਰੀ ਕੰਮ ਇਹ ਹੈਗਾ ਕਿ ਜਿਹੜੀਆਂ ਜਨਤਕ ਸਹੂਲਤਾਂ ਨੇ ਇਹ ਜ਼ਰੂਰਤਮੰਦ ਲੋਕਾਂ ਕੋਲ ਪਹੁੰਚਣ ਵੀ ਕੋਈ ਜ਼ਰੂਰੀ ਥੋੜਾ ਕਿ ਜੇਕਰ ਸਰਕਾਰ ਨੇ ਕੋਈ ਫੈਸਿਲਿਟੀ ਵਗੈਰਾ ਚਲਾ ਰਹੀ ਹੈ ਦੇ ਰਹੀ ਹੈ ਤੇ ਸਾਰੇ ਲੋਕਾਂ ਕੋਲ ਉਹ ਫੈਸਿਲਿਟੀ ਪਹੁੰਚੇ ਵੀ ਸੋ ਇਹ ਗੱਲ ਵੀ ਜ਼ਰੂਰੀ ਹੈਗੀ ਹੈ ਸਰਕਾਰ ਦਾ ਹੀ ਕੰਮ ਹੈਗਾ ਸਰਕਾਰ ਦਾ ਹੀ ਕਿਉਂ ਕੰਮ ਕਿਉਂਕਿ ਜੇਕਰ ਮੰਨ ਲਓ ਕੋਈ ਸਕੂਲ ਹੈ ਹੁਣ ਤੁਸੀਂ ਸਰਕਾਰੀ ਕਾਲਜ ਵਿੱਚ ਜਾਓ ਜਿਵੇਂ ਮੈਂ ਆਪਦੀ ਗ੍ਰੈਜੂਏਸ਼ਨ ਜਾਂ ਫਿਰ ਬੀਐਡ ਉਹ ਮੈਂ ਸਰਕਾਰੀ ਅਦਾਰਿਆਂ ਤੋਂ ਕੀਤੀ ਹੈ ਚਲੋ ਮੈਂ ਐਗਜ਼ਾਮਪਲ ਦਿੰਨਾ ਬੀਐਡ ਦੀ ਬੀਐਡ ਦੀ ਆਪਾਂ ਐਗਜ਼ਾਮਪਲ ਦਿੰਨੇ ਆਂ ਬੀਐਡ ਦੇ ਵਿੱਚ ਜਦੋਂ ਮੈਂ ਦਾਖਲਾ ਲਿਆ ਸੀਗਾ ਮੇਰੀ 2 ਸਾਲਾਂ ਦੀ ਫੀਸ ਸੀਗੀ ਸਰਕਾਰੀ ਕਾਲਜ ਤੋਂ ਲਗਭਗ 35000 ਫੀਸ ਸੀਗੀ ਮੇਰੀ ਜੇ ਮੈਂ ਇਹੀ ਪ੍ਰਾਈਵੇਟ ਕਾਲਜ ਤੋਂ ਕਰਦਾ ਵੈਸੇ ਜੇ ਐਕਚੁਅਲ ਵਿੱਚ ਵੇਖੀਏ ਜਿਹੜੀ ਮੈਂ 35000 ਫੀਸ ਦਿੱਤੀ ਹੈ ਬਟ ਐਕਚੁਅਲ ਦੇ ਵਿੱਚ ਜਿਹੜਾ ਕਾਲਜ ਹੋਊਗਾ ਸੇਮ ਕਾਲਜ ਉੱਥੇ ਜਿਹੜੇ ਟੀਚਰ ਪੜਾ ਰਿਹਾ ਮੈਨੂੰ ਪੜਾਉਣ ਵਾਲੇ ਟੀਚਰਾਂ ਦੀ ਤਨਖਾਹ ਕਿੰਨੀ ਹੋਊਗੀ ਮੰਨ ਲੈਂਦੇ ਆ 50000 ਤੋਂ ਜ਼ਿਆਦਾ ਹੋਣੀ ਆ ਬਟ ਜੇਕਰ ਮੈਂ ਆਪਦੀ ਫੀਸ ਦੀ ਗੱਲ ਕਰਾਂ ਕੀ ਮੇਰੀ ਫੀਸ ਨਾਲ ਇਹ ਜਿਹੜੀ ਸੈਲਰੀ ਹੈਗੀ ਮੰਥਲੀ ਸੈਲਰੀ ਆ ਤੇ ਇਹ 2 ਸਾਲਾਂ ਦੀ ਫੀਸ ਦੀ ਮੈਂ ਗੱਲ ਕਰ ਰਿਹਾ ਕਿ 35000 ਮੇਰੀ 2 ਸਾਲਾਂ ਦੀ ਫੀਸ ਹੈਗੀ ਕੀ ਮੈਂ ਆਪਣੀ ਫੀਸ ਨਾਲ ਸਰਕਾਰ ਇਹਨਾਂ ਲੋਕਾਂ ਨੂੰ ਜਿਹੜੇ ਸਰਕਾਰੀ ਅਦਾਰਿਆਂ ਵਿੱਚ ਟੀਚਰ ਪੜਾ ਰਹੇ ਆ ਕੀ ਇਹਨਾਂ ਦੀ ਫੀਸ ਦੀ ਪੂਰਤੀ ਕਰ ਸਕਦੇ ਆ ਬਿਲਕੁਲ ਨਹੀਂ ਕਰ ਸਕਦੇ ਸੋ ਇਹਨਾਂ ਕੋਲ ਫੀਸਾ ਕਿੱਥੋਂ ਆ ਰਹੀ ਆ ਇਹਨਾਂ ਨੂੰ ਫੀਸਾ ਨਹੀਂ ਕਹਿ ਸਕਦੇ ਇਹਨਾਂ ਨੂੰ ਜਿਹੜੀ ਤਨਖਾਹਾਂ ਆ ਰਹੀਆਂ ਨੇ ਜਿਹੜੇ ਤਨਖਾਹ ਲੈ ਰਹੇ ਆ ਜਿਹੜੇ ਇੱਥੇ ਪੜਾ ਰਹੇ ਆ ਉਹਨਾਂ ਦੀਆਂ ਤਨਖਾਹਾਂ ਜ਼ਿਆਦੇ ਆ ਬਟ ਸਾਡੀਆਂ ਫੀਸਾਂ ਹੈਗੀਆਂ ਘੱਟ ਸੋ ਇਹਨਾਂ টিਚਰਸ ਨੂੰ ਜਿਹੜੀਆਂ ਫੀਸਾਂ ਨੇ ਉਹ ਸਰਕਾਰ ਆਪਣੇ ਤੋਂ ਹੀ ਟੈਕਸ ਦੇ ਰੂਪ ਵਿੱਚ ਪੈਸੇ ਲੈਂਦੀ ਹੈ ਬਟ ਮੰਨ ਲਓ ਇੱਥੇ ਤਾਂ ਚਲੋ ਸਰਕਾਰ ਨੇ ਆਪਣੀ ਭਲਾਈ ਦੇ ਲਈ ਫੀਸਾਂ ਕੱਟ ਕੀਤੀਆਂ ਹੋਈਆਂ ਐਂਡ ਸਰਕਾਰ ਜਿਵੇਂ ਵੀ ਮੰਨ ਕੇ ਚੱਲੋ ਆਪਦੇ ਐਕਸਪੈਂਸੇਸ ਤੇ ਆਪਦੇ ਖਰਚੇਾਂ ਤੇ ਟੈਕਸ ਦੇ ਰੂਪ ਵਿੱਚ ਪੈਸੇ ਲੈ ਰਹੀ ਆ ਉਹ ਗੱਲ ਵੱਖਰੀ ਆ ਬਟ ਸਰਕਾਰ ਆਪਣੇ ਤੋਂ ਪੈਸੇ ਨਹੀਂ ਲੈ ਰਹੀ ਠੀਕ ਹੈ ਨਾ ਇਸ ਤੋਂ ਬਾਅਦ ਮਤਲਬ ਆਪਾਂ ਸਮਝ ਸਕਦੇ ਆ ਕਿ ਜੇ ਇਹੀ ਕੋਈ ਬੀਐਂਡ ਦਾ ਜਿਹੜਾ ਕਾਲਜ ਆ ਇਹ ਸਰਕਾਰੀ ਕਾਲਜ ਨਾ ਹੁੰਦਾ ਪ੍ਰਾਈਵੇਟ ਕਾਲਜ ਹੁੰਦਾ ਤੇ ਉਹਨਾਂ ਨੇ ਮੰਨ ਕੇ ਚੱਲੋ ਲੱਖ ਤੋਂ ਲੈ ਕੇ 1 ਲੱਖ ਤੋਂ ਲੈ ਕੇ ਲਗਭਗ 1 ਲੱਖ 20000 ਤੱਕ ਦੀ ਫੀਸ ਹੋਣੀ ਸੀਗੀ ਭਾਵ ਇਹ ਕਿ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਿਹੜੇ ਟੀਚਰ ਹੈਗੇ ਨੇ ਜਾਂ ਫਿਰ ਜਿਹੜਾ ਵੀ ਜਿਹੜੇ ਵੀ ਉੱਥੇ ਲੋਕ ਹੈਗੇ ਫੀਸ ਇਕੱਠੀ ਕਰਨ ਵਾਲੇ ਜਿਹੜਾ ਉਹਨਾਂ ਦੇ ਆਫੀਸ਼ਰਸ ਹੋਣਗੇ ਉਹ ਬੱਚਿਆਂ ਤੋਂ ਫੀਸ ਇਕੱਠੀ ਕਰਦੇ ਆ ਇਹਨਾਂ ਨੂੰ ਤਾਂ ਕੋਈ ਮਤਲਬ ਨਹੀਂ ਹੈਗਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਗਵਰਨਮੈਂਟ ਇੰਸਟੀਚਿਊਟ ਹੈਗਾ ਆ ਤੇ ਉਹਦਾ ਮੇਨ ਕੰਮ ਕੀ ਹੈ ਉਹਦਾ ਮੇਨ ਕੰਮ ਹੈਗਾ ਕਿ ਤੁਹਾਨੂੰ ਵੈਲਫੇਅਰ ਐਜ਼ ਅ ਮਤਲਬ ਕਿ ਜਿਹੜੀ ਵੀ ਪ੍ਰੋਫਿਟ ਪ੍ਰੋਫਿਟ ਨਹੀਂ ਕਮਾਉਣਾ ਪਰ ਜਿਹੜੀ ਗਵਰਨਮੈਂਟ ਹੈ ਗਵਰਨਮੈਂਟ ਦਾ ਕੰਮ ਕੀ ਹੁੰਦਾ ਹੈ ਕਿ ਲੋਕਾਂ ਦਾ ਭਲਾਈ ਦਾ ਕੰਮ ਕਰਨਾ ਲੋਕ ਭਲਾਈ ਦਾ ਕੰਮ ਕਰਨਾ ਲੋਕ ਕਲਿਆਣ ਦਾ ਕੰਮ ਕਰਨਾ ਪਰ ਜੇ ਕੋਈ ਪ੍ਰਾਈਵੇਟ ਇੰਸਟੀਚਿਊਟ ਇਹੋ ਜੀਆਂ ਫੈਸਿਲਿਟੀਆਂ ਪ੍ਰੋਵਾਈਡ ਕਰਵਾਊਗਾ ਉਹਦਾ ਮਤਲਬ ਤਾਂ ਇਹ ਹੋ ਗਿਆ ਕਿ ਪ੍ਰਾਈਵੇਟ ਇੰਸਟੀਚਿਊਟ ਵਾਲਾ ਜਿਹੜਾ ਪਰਸਨ ਹੈਗਾ ਆ ਪ੍ਰਾਈਵੇਟ ਇੰਸਟੀਚਿਊਟ ਵਾਲਾ ਜਿਹੜਾ ਪਰਸਨ ਹੈ ਉਹਦਾ ਮੇਨ ਮੋਟਿਵ ਇਹ ਹੈ ਕਿ ਮੈਂ ਜਿਆਦਾ ਤੋਂ ਜਿਆਦਾ ਪ੍ਰੋਫਿਟ ਕਮਾਉਣਾ ਹੈ ਜੇ ਪਾਣੀ ਵਰਗੀਆਂ ਸਹੂਲਤਾਂਆਂ ਜਾਂ ਫਿਰ ਬਿਜਲੀ ਵਰਗੀ ਸਹੂਲਤਾਂ ਸਿੱਖਿਆ ਵਰਗੀ ਸਹੂਲਤਾ ਜੇ ਸਾਰਾ ਕੁਝ ਹੀ ਪ੍ਰਾਈਵੇਟ ਹੱਥਾਂ ਵਿੱਚ ਆ ਗਿਆ ਫਿਰ ਕੀ ਹੋਊਗਾ ਜੇਕਰ ਇਹ ਸਾਰਾ ਕੁਝ ਪ੍ਰਾਈਵੇਟ ਦੇ ਹੱਥਾਂ ਵਿੱਚ ਆ ਗਿਆ ਤੇ ਜਿਹੜੇ ਆਮ ਲੋਕ ਨੇ ਗਰੀਬ ਲੋਕ ਨੇ ਜ਼ਰੂਰਤਮੰਦ ਲੋਕ ਨੇ ਉਹ ਇਹਨਾਂ ਚੀਜ਼ਾਂ ਨੂੰ ਆਮ ਜਿਹੜੀਆਂ ਚੀਜ਼ਾਂ ਸਾਰਿਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਉਹ ਉਹਨਾਂ ਕੋਲ ਗਰੀਬਾਂ ਕੋਲ ਕਦੇ ਵੀ ਨਹੀਂ ਪਹੁੰਚ ਸਕਦੀਆਂ ਇਸ ਤੋਂ ਬਾਅਦ ਆਰਟੀਕਲ 21ਏ ਦੀ ਗੱਲ ਵੀ ਸਮਝ ਲਓ ਕਿ ਆਰਟੀਕਲ 21ਏ ਹੈਗਾ ਆ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਆਰਟੀਕਲ 21ਏ ਦੇ ਅਕੋਰਡਿੰਗ ਭਾਰਤੀ ਸੰਵਿਧਾਨ ਦੇ ਅਕੋਰਡਿੰਗ ਕਿ 6 ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਦੇ ਜਿੰਨੇ ਵੀ ਬੱਚੇ ਹੋਣਗੇ ਸਾਰਿਆਂ ਨੂੰ ਫ੍ਰੀ ਸਿੱਖਿਆ ਦੀ ਗਾਰੰਟੀ ਦਿੰਦਾ ਆ ਜਿਹੜਾ ਆਰਟੀਕਲ 21A ਹੈ 21A ਦੇ ਅਕੋਰਡਿੰਗ ਵੀ ਸਾਰਿਆਂ ਨੂੰ ਅਧਿਕਾਰ ਹੈਗਾ ਆ ਸਕੂਲ ਦੇ ਵਿੱਚ ਕਿ 6 ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਦੀ ਪੜ੍ਹਾਈ ਦਾ ਜਿਹੜਾ ਖਰਚਾ ਹੈਗਾ ਆ ਜਾਂ ਫਿਰ ਜਿਹੜੀ ਵੀ ਸਿੱਖਿਆ ਹੋਊਗੀ ਉਹ ਫ੍ਰੀ ਦਿੱਤੀ ਜਾਂਦੀ ਆ ਈਵਨ ਮਿਡ-ਡੇ ਮੀਲ ਵੀ ਪ੍ਰੋਵਾਈਡ ਕਰਵਾਇਆ ਜਾਂਦਾ ਖਾਣੇ ਦੀ ਫੈਸਿਲਿਟੀ ਵੀ ਪ੍ਰੋਵਾਈਡ ਕਰਵਾਈ ਜਾਂਦੀ ਆ ਇਹਨਾਂ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਸੋ ਇਹ ਗੱਲ ਤੁਸੀਂ ਸਮਝ ਗਈ ਹੋਣੀ ਆ ਇਸ ਤੋਂ ਬਾਅਦ ਆਪਾਂ ਇੱਕ ਹੋਰ ਫੋਟੋ ਵੇਖ ਲੈਣੇ ਆ ਕਿ ਸਰਕਾਰ ਹੀ ਕਿਉਂ ਕਿ ਸਰਕਾਰਾਂ ਦਾ ਜਿਹੜਾ ਮੇਨ ਕੰਮ ਹੁੰਦਾ ਉਹ ਮੁਨਾਫਾ ਕਮਾਉਣਾ ਨਹੀਂ ਹੁੰਦਾ ਉਹ ਹੁੰਦਾ ਲੋਕ ਭਲਾਈ ਦਾ ਕੰਮ ਲੋਕ ਕਲਿਆਣ ਦਾ ਕੰਮ ਕਈ ਵਾਰ ਆਪਾਂ ਸਲੋਗਨ ਵੀ ਸੁਣਦੇ ਆ ਕਿ ਪੋਲੀਓ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਦਾ ਖਾਤਮਾ ਕੀਤਾ ਜਾਵੇ ਹੈਜ਼ਾ ਵਰਗੀਆਂ ਬਿਮਾਰੀਆਂ ਦਾ ਖਾਤਮਾ ਕੀਤਾ ਜਾਵੇ ਕਾਫੀ ਸਾਰੇ ਸਲੋਗਨ ਸਰਕਾਰ ਦੁਆਰਾ ਚਲਾਏ ਜਾਂਦੇ ਆ ਕਿ ਨਸ਼ਾ ਮੁਕਤ ਪੰਜਾਬ ਆਪਾਂ ਬਣਾਉਣਾ ਆ ਜਾਂ ਫਿਰ ਕੋਈ ਹੋਰ ਵੀ ਕਾਫੀ ਸਾਰੇ ਇਹੋ ਜਿਹੇ ਮਤਲਬ ਸਲੋਗਨ ਸਰਕਾਰ ਦੁਆਰਾ ਬਣਾਏ ਜਾਂਦੇ ਆ ਕਿ ਗਰੀਬੀ ਹਟਾਉਣੀ ਆ ਸੋ ਇਹ ਸਭ ਚੀਜ਼ਾਂ ਕਿਉਂ ਕਰੀਆਂ ਜਾਂਦੀਆਂ ਨੇ ਕਿਉਂਕਿ ਸਰਕਾਰ ਦਾ ਮੇਨ ਕੰਮ ਮੁਨਾਫਾ ਕਮਾਉਣਾ ਨਹੀਂ ਹੈਗਾ ਸਰਕਾਰਾਂ ਦਾ ਕਮ ਹੈਗਾ ਯਾ ਲੋਕਾਂ ਦੀ ਭਲਾਈ ਕਰਨਾ ਸੋ ਇਸ ਕਰਕੇ ਸਿਰਫ ਸਰਕਾਰਾਂ ਦੀ ਹੀ ਭੂਮਿਕਾ ਹੈਗੀ ਹੈ ਕਿ ਇਹ ਜਿਹੜੀਆਂ ਪਬਲਿਕ ਫੈਸਿਲਿਟੀਆਂ ਨੇ ਇਹ ਲੋਕਾਂ ਕੋਲ ਪ੍ਰੋਪਰ ਪਹੁੰਚਣ ਗੱਲ ਕਰਾਂਗੇ ਇਸ ਤੋਂ ਬਾਅਦ ਕਿ ਸਰਕਾਰਾਂ ਇਹ ਸਾਰੀਆਂ ਫੈਸਿਲਿਟੀਆਂ ਆਪਾਂ ਨੂੰ ਪ੍ਰੋਵਾਈਡ ਤਾਂ ਕਰਾਉਂਦੀਆਂ ਨੇ ਬਟ ਸਰਕਾਰਾਂ ਕੋਲ ਪੈਸਾ ਆਉਂਦਾ ਕਿੱਥੇ ਹੈ ਜਿਹੜੀ ਗੱਲ ਆਪਾਂ ਸਟਾਰਟਿੰਗ ਵਿੱਚ ਮੈਂਸ਼ਨ ਕੀਤੀ ਸੀਗੀ ਕਿ ਸਰਕਾਰਾਂ ਕਿਹੜਾ ਫ੍ਰੀ ਵਿੱਚ ਸਾਰਾ ਕੁਝ ਕਰਵਾ ਰਹੀਆਂ ਨੇ ਸਰਕਾਰਾਂ ਕੋਲ ਕਿਤੇ ਨਾ ਕਿਤੇ ਉਹਦਾ ਪੈਸਾ ਆ ਹੀ ਰਿਹਾ ਨਾ ਬੇਸ਼ੱਕ ਆਪਣੇ ਵਰਗੇ ਜਿਹੜੇ ਲੋਕ ਨੇ ਟੈਕਸ ਦੇ ਰੂਪ ਵਿੱਚ ਪੈਸਾ ਦੇ ਰਿਹਾ ਤੁਸੀਂ ਸਾਰੇ ਟੈਕਸ ਦੇ ਰੂਪ ਵਿੱਚ ਪੈਸਾ ਦਿੰਨੇ ਹੋ ਤੁਸੀਂ ਫੋਨ ਦਾ ਰੀਚਾਰਜ ਕਰਵਾਇਆ ਹੋਣਾ ਫੋਨ ਦਾ ਰੀਚਾਰਜ ਤੁਸੀਂ ਸਾਰੇ ਕਰਵਾਉਨੇ ਹੋ ਮੰਨ ਲਓ ਤੁਸੀਂ 8900 ਰੁਪਏ ਦਾ 84 ਦਿਨਾਂ ਵਾਲਾ ਤੁਸੀਂ ਰੀਚਾਰਜ ਕਰਾਉਨੇ ਹੋ ਤੇ ਉਹਦੇ ਉੱਤੇ ਵੀ ਲਗਭਗ 18% ਜਿਹੜਾ GST ਹੈਗਾ ਇਹ ਸਰਕਾਰ ਲੈ ਜਾਂਦੀ ਹੈ ਉਹਦੇ ਵਿੱਚੋਂ ਵੀ ਫਿਰ ਇਹ ਦੋਵੇਂ ਜਾਣੇ ਰਲ ਕੇ ਕਹਿ ਲਓ ਕਿ 9% ਸਟੇਟ ਗਵਰਨਮੈਂਟ ਖਾ ਲੈਂਦੀ ਹੈ 9% ਸੈਂਟਰ ਗਵਰਨਮੈਂਟ ਖਾ ਲੈਂਦੀ ਹੈ ਸੋ ਤੁਸੀਂ ਵੇਖੋ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਵੀ ਸਰਕਾਰਾਂ ਨੇ ਜਿਹੜੀਆਂ ਉਹ ਆਪਣੇ ਤੋਂ ਪੈਸੇ ਲੈਂਦੀਆਂ ਨੇ ਤੁਸੀਂ ਫੋਨ ਖਰੀਦੇ ਹੋ 10000 ਦਾ ਫੋਨ ਹੈਗਾ 18% GST ਲੱਗਿਆ 9% ਸਰਕਾਰਾਂ ਕੋਲ ਗਿਆ ਦੋਨਾਂ ਸਰਕਾਰਾਂ ਕੋਲ ਦੋਨਾਂ ਸਰਕਾਰਾਂ ਦੀ ਗੱਲ ਕਰੀਏ ਤਾਂ 9% ਸਟੇਟ ਸਰਕਾਰਾਂ ਕੋਲ 9% ਸੈਂਟਰ ਸਰਕਾਰ ਕੋਲ ਸੋ ਇਹ ਦੋਵੇਂ ਹੀ ਰਲ ਕੇ ਪੈਸੇ ਲੈਂਦੇ ਆ ਤੇ ਬਾਅਦ ਵਿੱਚ ਇਹਨਾਂ ਪੈਸਿਆਂ ਨੂੰ ਹੀ ਆਪਣੇ ਉੱਤੇ ਲਗਾ ਦਿੰਦੇ ਆ ਪਬਲਿਕ ਫੈਸਿਲਿਟੀਆਂ ਦੇ ਰੂਪ ਵਿੱਚ ਜਾਂ ਫਿਰ ਗਵਰਨਮੈਂਟ ਏਮਪਲੋਏ ਦੀਆਂ ਸੈਲਰੀਆਂ ਦੇਣੀਆਂ ਹੋਣ ਜਾਂ ਫਿਰ ਕਾਫੀ ਸਾਰੇ ਜਿਹੜੇ ਕੰਮ ਇਹਨਾਂ ਦੁਆਰਾ ਚਲਾਏ ਜਾਂਦੇ ਆ ਇਸ ਤਰ੍ਹਾਂ ਇਹਨਾਂ ਸੈਲਰੀਜ਼ ਨੂੰ ਜਾਂ ਫਿਰ ਪੈਸੇ ਨੂੰ ਫੰਡ ਨੂੰ ਯੂਜ਼ ਕਰ ਲੈਂਦੇ ਆ ਗੱਲ ਕੀਤੀ ਜਾਂਦੀ ਹੈ ਕਿ ਲੋਕਾਂ ਇਹਨਾਂ ਕੋਲ ਪੈਸੇ ਕਿੱਥੋਂ ਆਉਂਦੇ ਆ ਸਰਕਾਰ ਹਰ ਸਾਲ ਕੀ ਕਰਦੀ ਹੈ ਬਜਟ ਬਣਾਉਂਦੀ ਹੈ ਬਜਟ ਬਾਰੇ ਤੁਸੀਂ ਸੁਣਦੇ ਹੋ ਹਰ ਵਾਰੀ ਤੁਸੀਂ ਸੁਣਦੇ ਹੋ ਕਿ ਸਰਕਾਰਾਂ ਦੁਆਰਾ ਬਜਟ ਬਣਾਇਆ ਜਾ ਰਿਹਾ ਜਿਹੜਾ ਫਾਈਨੈਂਸ਼ੀਅਲ ਇਅਰ ਹੈਗਾ ਆ ਉਹਦੀ ਗੱਲ ਕੀਤੀ ਜਾਂਦੀ ਹੈ ਕਿ ਅਗਲੇ ਆਉਣ ਵਾਲੇ ਸਾਲ ਦੇ ਵਿੱਚ ਆਪਾਂ ਕਿਹੜੇ ਖਰਚੇ ਕਰਨੇ ਹੈਗੇ ਆ ਪੈਸੇ ਕਿੱਥੋਂ ਆਉਣਗੇ ਸੋ ਇਹਨਾਂ ਦੀ ਗੱਲ ਜਾਂ ਫਿਰ ਇਹਨਾਂ ਦੀ ਜਿਹੜੀ ਚਰਚਾ ਹੈਗੀ ਆ ਉਹ ਕੀਤੀ ਜਾਂਦੀ ਹੈ ਕਿ ਕਿੰਨਾ ਟੈਕਸ ਲੋਕਾਂ ਤੋਂ ਲਿਆ ਜਾਣਾ ਹੈ ਫਿਰ ਆਪਾਂ ਕਿਹੜੇ ਪੈਸੇ ਕਿਹੜੀਆਂ ਪਾਲਿਸਿਸ ਤੇ ਲਗਾਉਣੇ ਆ ਸਰਕਾਰ ਨੇ ਪਾਣੀ ਦੀ ਸਪਲਾਈ ਕਰਨ ਦੇ ਲਈ ਸਰਕਾਰ ਨੂੰ ਪਾਣੀ ਨੂੰ ਜਾਂ ਫਿਰ ਕਿੰਨੇ ਸਾਰੇ ਜੋ ਵੀ ਸਹੂਲਤਾਂ ਫੈਸਿਲਿਟੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸਰਕਾਰ ਕੀ ਕਰਦੀ ਹੈ ਸੋਚ ਵਿਚਾਰ ਕਰਦੀ ਹੈਗੀ ਹੈ ਸੋ ਇਸ ਗੱਲ ਨੂੰ ਤੁਸੀਂ ਸਮਝ ਗਏ ਹੋਣੇ ਆ ਕਿ ਇਹ ਸਾਰਾ ਕੁਝ ਬਜਟ ਦੇ ਵਿੱਚ ਹੀ ਡਿਸਾਈਡ ਕੀਤਾ ਜਾਂਦਾ ਕਿਸ ਰਕਾਰਾਂ ਕੋਲ ਪੈਸਾ ਆਉਣਾ ਕਿੱਥੇ ਆ ਐਂਡ ਇਹਦੇ ਬਾਰੇ ਵੀ ਦੱਸਿਆ ਹੋਇਆ ਕਿ ਸਰਕਾਰਾਂ ਕੋਲੋਂ ਪੈਸਾ ਆਉਂਦਾ ਕਿੱਥੇ ਆ ਵੇਖ ਸਕਦੇ ਹੋ ਤੁਸੀਂ ਇੱਕ ਆਪਾ ਇਹ ਤੇ ਫੋਟੋ ਓਪਨ ਕੀਤੀ ਹੋਈ ਆ ਮੈਂ ਇੰਗਲਿਸ਼ ਵਰਜ਼ਨ ਓਪਨ ਕਰ ਦਿੰਨਾ ਜਿਹਦੇ ਵਿੱਚ ਗੱਲ ਤੁਹਾਨੂੰ ਸਮਝਾਈ ਹੋਈ ਆ ਕਿ ਜਿਹੜਾ ਸਰਕਾਰ ਕੋਲ ਸੈਂਟਰਲ ਸੈਂਟਰਲ ਗਵਰਨਮੈਂਟ ਸਪੈਂਡ ਮਨੀ ਔਨ ਰੁਪੀਜ਼ ਗੋਸ ਟੂ ਕਿ ਮੰਨ ਲਓ ਸਰਕਾਰ ਕੋਲ 1 ਰੁਪਿਆ ਆ ਗਿਆ ਮੈਂ ਜਸਟ ਇੱਕ ਐਗਜ਼ਾਮਪਲ ਦੇ ਰਿਹਾ ਐਂਡ ਇਹ ਜਿਹੜਾ ਆਪਣੇ ਕੋਲ ਆਕੜਾ ਹੈਗਾ ਆ ਇਹ ਹੈਗਾ ਯੂਨੀਅਨ ਬਜਟ 2018-19 ਦਾ ਧਿਆਨ ਨਾਲ ਸਮਝ ਲਿਓ ਇਹਨਾਂ ਗੱਲਾਂ ਨੂੰ ਕਿ ਜਿਹੜਾ ਆਕੜਾ ਆਪਾਂ ਪੇਸਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਇਹ ਆਕੜੇ ਹੈਗੇ ਆ 2018-19 ਦੇ ਜੇ ਸਰਕਾਰ ਕੋਲ 1 ਰੁਪਿਆ ਆ ਗਿਆ ਤੇ ਲੋਕਾਂ ਦੀ ਜਿਹੜੀ ਪੈਨਸ਼ਨ ਲੱਗੀ ਹੋਈ ਹੈ 5 ਪੈਸੇ ਦਾ ਉਹਨਾਂ ਨੂੰ ਚਲ ਜਾਂਦੇ ਆ 5 ਪੈਸਿਆਂ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅਦਰ ਜਿਹੜੇ ਖਰਚੇ ਹੋ ਜਾਂਦੇ ਉਹ 8 ਪੈਸੇ ਹੋਗੇ ਫਾਈਨੈਂਸ ਕਮਿਸ਼ਨ ਐਂਡ ਅਦਰ ਜਿਹੜੇ ਟਰਾਂਸਫਰ ਹੁੰਦੇ ਆ ਉਹਦੇ ਲਈ 8 ਪੈਸੇ ਜਾਂਦੇ ਆ ਸਬਸਿਡੀਆਂ ਜਿਵੇਂ ਕਿ ਤੁਸੀਂ ਗੈਸ ਦੀ ਸਬਸਿਡੀ ਵੇਖਿਆ ਹੋਊਗਾ ਇਸੇ ਤਰ੍ਹਾਂ ਹੀ ਕਾਫੀ ਸਾਰੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਹੋਗੇ ਜੀ 9 ਪੈਸੇ ਡਿਫੈਂਸ ਜਿਹੜੇ ਕਿ ਆਪਣੇ ਸੇਨਾ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਤੇ 9 ਪੈਸੇ ਖਰਚੇ ਜਾਂਦੇ ਆ ਸੈਂਟਰਲ ਸੈਂਟਰਲੀ ਸਪੌਂਸਰਡ ਸਕੀਮ ਤੇ 9 ਪੈਸੇ ਖਰਚੇ ਜਾਂਦੇ ਆ ਸੈਂਟਰਲ ਸੈਕਟਰ ਸਕੀਮ ਤੇ 10 ਪੈਸੇ ਖਰਚੇ ਜਾਂਦੇ ਆ ਤੇ ਜਿਹੜਾ ਆਪਾਂ ਪੈਸਾ ਪਹਿਲਾਂ ਫੜਿਆ ਹੁੰਦਾ ਕਿਸੇ ਸਰਕਾਰ ਤੋਂ ਜਾਂ ਫਿਰ ਲੋਕਾ ਤੋਂ ਜਾਂ ਫਿਰ ਕਹਿ ਸਕਦੇ ਆ ਬੈਂਕਾਂ ਤੋਂ ਕਰਜ਼ਾ ਲਿਆ ਹੁੰਦਾ 18 ਪੈਸੇ ਤਾਂ ਉਹਨਾਂ ਦੀ ਰਿਪੇਮੈਂਟ ਤੇ ਹੀ ਚਲ ਜਾਂਦੀ ਆ ਤੇ 24 ਜਿਹੜੇ ਪੈਸੇ ਨੇ ਉਹ ਕਿਦਾ ਸ਼ੇਅਰ ਹੁੰਦਾ ਜੀ ਸਟੇਟ ਸ਼ੇਅਰ ਆਫ ਟੈਕਸਸ ਐਂਡ ਡਿਊਟੀ ਸੋ ਇਹ ਗੱਲ ਸਿਗੀ ਕਿ ਆਪਾਂ ਪੈਸੇ ਖਰਚਦੇ ਕਿੱਥੇ ਆ ਦੂਜੀ ਪਾਸੇ ਗੱਲ ਸਿਗੀ ਕਿ ਪੈਸੇ ਆਉਂਦੇ ਕਿੱਥੋਂ ਆ ਵੇਖ ਸਕਦੇ ਹੋ ਇਹ ਇੱਕ ਹੋਰ ਇੱਥੇ ਚਾਰਟ ਬਣਿਆ ਹੋਇਆ ਕਿ ਵੇਖੋ 19 ਪੈਸੇ ਬੋਰੋਇੰਗ ਐਂਡ ਅਦਰ ਲਾਇਬਿਲਟੀਜ਼ 19 ਪੈਸੇ ਕਿ ਆਪਾਂ ਆਧਾਰੇ ਫੜਦੇ ਆ 19 ਪੈਸੇ ਤਾਂ ਆਪਾਂ ਸਿੱਧੇ ਆਧਾਰੇ ਹੀ ਫੜ ਲੈਣੇ ਆ ਜਿਵੇਂ 18 ਪੈਸੇ ਆਪਾਂ ਕੀ ਕਰਦੇ ਆ 18 ਪੈਸੇ ਦਾ ਆਪਾਂ ਇੰਟਰਸਟ ਪੇਮੈਂਟ ਤੇ ਲਗਾਉਣੇ ਆ ਪਰ 19 ਪੈਸੇ ਆਪਾਂ ਕੀ ਕੀਤੇ ਸੀਗੇ 19 ਪੈਸੇ ਆਧਾਰ ਵੀ ਤਾਂ ਫੜੇ ਸੀ ਜੀਐਸਟੀ ਦੀ ਗੱਲ ਕਰਦੇ ਆ ਜੀਐਸਟੀ ਤੋਂ ਆਪਾਂ ਨੂੰ 23 23 ਪੈਸੇ ਜਿਹੜੇ ਹੈਗੇ ਆ ਉਹ ਆਪਾਂ ਨੂੰ ਜੀਐਸਟੀ ਦੇ ਰੂਪ ਵਿੱਚ ਮਿਲ ਜਾਂਦੇ ਆ ਨਾਨ ਡੈਟ ਕੈਪੀਟਲ ਰਸੀਡ ਆ ਜਾਂਦੀਆਂ ਨੇ ਜੀ 3 ਪੈਸੇ ਕਸਟਮ ਡਿਊਟੀ ਵਗੈਰਾ ਲਗਾ ਕੇ ਆਪਾਂ 4 ਪੈਸੇ ਕਮਾ ਲੈਣੇ ਆ ਯੂਨੀਅਨ ਐਕਸਾਈਜ਼ ਡਿਊਟੀ ਤੋਂ ਆਪਾਂ 8 ਪੈਸੇ ਕਮਾਉਣੇ ਆ ਨਾਨ ਟੈਕਸ ਰੈਵਨਿਊ ਆਪਾਂ ਨੂੰ 8 ਪੈਸੇ ਆਉਂਦੇ ਆ ਇਨਕਮ ਟੈਕਸ ਨਾਲ ਆਪਾਂ 16 ਪੈਸੇ ਕਮਾਉਣੇ ਆ ਤੇ ਕਾਰਪੋਰੇਸ਼ਨ ਟੈਕਸ ਇਹ ਆਪਾਂ 19 ਪੈਸੇ ਕਮਾ ਲੈਣੇ ਆ ਇਹ ਹੈਗਾ ਜੀ ਡਾਟਾ ਹੈਗਾ 2018-19 ਦਾ ਸੋ ਗੱਲ ਤੁਸੀਂ ਸਮਝ ਗਏ ਹੋਣੇ ਆ ਕਿ ਆਪਾਂ ਪੈਸਾ ਲਿਆਉਣੇ ਕਿੱਥੋਂ ਆ ਤੇ ਖਰਚਦੇ ਕਿੱਥੇ ਆ ਇਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਹੈ ਦਿੱਲੀ ਦੀ ਕਿ ਦਿੱਲੀ ਵਿੱਚ ਕਿਵੇਂ ਜਿਹੜਾ ਸਿਸਟਮ ਸੀਗਾ ਲੋਕਾਂ ਦੀ ਆਬਾਦੀ ਵਧਣ ਕਰਕੇ ਬੱਸਾਂ ਦੇ ਵਿੱਚ ਬੱਸਾਂ ਦੀਆਂ ਜਿਹੜੀਆਂ ਫੈਸਿਲਿਟੀਆਂ ਚਲਾਈਆਂ ਜਾ ਰਹੀਆਂ ਸੀਗੀਆਂ ਉਹਦੇ ਨਾਲ ਵੀ ਇਹਨਾਂ ਦੀ ਜਿਹੜੀ ਪੂਰਤੀ ਸੀਗੀ ਗੱਲ ਕੀਤੀ ਜਾ ਰਹੀ ਹੈ ਕਿ ਜਨਤਕ ਬੱਸ ਪ੍ਰਣਾਲੀ ਨਾਲ ਵੀ ਮੰਗ ਨੂੰ ਪੂਰਾ ਨਹੀਂ ਕਰ ਸਕਦੀ ਸੀਗੀ ਜਿਹਦੇ ਕਰਕੇ ਕੀ ਕੀਤਾ ਇਹਦੇ ਕਰਕੇ ਇਹਨਾਂ ਨੇ ਦਿੱਲੀ ਵਿੱਚ ਮੈਟਰੋ ਰੇਲ ਦਾ ਜਿਹੜਾ ਪ੍ਰੋਜੈਕਟ ਸੀਗਾ ਉਹ ਸ਼ੁਰੂ ਕੀਤਾ ਜਿਹਦੇ ਲਈ ਕਹਿੰਦੇ ਵੀ ਇਹਨਾਂ ਨੇ 11000 ਰੁਪਏ ਕਰੋੜ ਖਰਚੇ ਸੀਗੇ ਸੋ ਇੱਕ ਛੋਟੀ ਜੀ ਇਨਫੋਰਮੇਸ਼ਨ ਸੀਗੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੀ ਚੇਨਈ ਨੂੰ ਪਾਣੀ ਦੀ ਸਪਲਾਈ ਕੀ ਚੇਨਈ ਦੇ ਵਿੱਚ ਪਾਣੀ ਜਿਹੜਾ ਹੈਗਾ ਆ ਸਾਰਿਆਂ ਨੂੰ ਅਵੇਲੇਬਲ ਹੈ ਸਾਰਿਆਂ ਨੂੰ ਪਾਣੀ ਮਿਲਦਾ ਹੈ ਕਿ ਨਹੀਂ ਮਿਲਦਾ ਗੱਲ ਕੀਤੀ ਜਾ ਰਹੀ ਹੈ ਕਿ ਚੇਨਈ ਦੇ ਵਿੱਚ ਪਾਣੀ ਦੀ ਸਹੂਲਤਾਂ ਦੀ ਬਹੁਤ ਜ਼ਿਆਦਾ ਘਾਟ ਹੈਗੀ ਆ ਪਾਣੀ ਪ੍ਰੋਪਰ ਨਹੀਂ ਮਿਲਦਾ ਚੇਨਈ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਮਿਊਨਿਸਪਲ ਸਪਲਾਈ ਜਿਹੜੀ ਹੈਗੀ ਆ ਸ਼ਹਿਰ ਦੇ ਲੋਕਾਂ ਦੀਆਂ ਔਸਤਨ ਅੱਧੀਆਂ ਲੋੜਾਂ ਨੂੰ ਹੀ ਪੂਰਾ ਕਰਦੀ ਹੈ ਅੱਧੀਆਂ ਜ਼ਰੂਰਤਾਂ ਨੂੰ ਹੀ ਪੂਰਾ ਕਰ ਪਾਉਂਦੀ ਹੈ ਜਿਹੜੀ ਕਿ ਮਿਊਨਿਸਪਲ ਸਪਲਾਈ ਹੈਗੀ ਹੈ ਚੇਨਈ ਦੀ ਨਿਯਮਤ ਤੌਰ ਤੇ ਕਹਿੰਦੇ ਵੀ ਪਾਣੀ ਨਹੀਂ ਮਿਲਦਾ ਕਾਫੀ ਸਾਰੇ ਲੋਕਾਂ ਨੂੰ ਉਹਨਾਂ ਨੂੰ ਪਾਣੀ ਪ੍ਰੋਪਰ ਮਿਲ ਜਾਂਦਾ ਜਿਨ੍ਹਾਂ ਦੇ ਘਰ ਸਟੋਰੇਜ ਪੁਆਇੰਟ ਦੇ ਨੇੜੇ ਹੈਗੇ ਆ ਬਟ ਉਹਨਾਂ ਲੋਕਾਂ ਨੂੰ ਪਾਣੀ ਪ੍ਰੋਪਰ ਨਹੀਂ ਮਿਲਦਾ ਜਿਨ੍ਹਾਂ ਦੇ ਘਰ ਕਲੋਨੀਆ ਤੋਂ ਕਹਿ ਲਓ ਕਿ ਦੂਰ ਹੈਗੇ ਆ ਜਾਂ ਕਹਿ ਸਕਦੇ ਆ ਕਿ ਇਨਾ ਸਟੋਰੇਜ ਪੁਆਇੰਟਾਂ ਤੋਂ ਜਿਨ੍ਹਾਂ ਦੇ ਘਰ ਦੂਰ ਹੈਗੇ ਆ ਉਹਨਾਂ ਨੂੰ ਪਾਣੀ ਪ੍ਰੋਪਰ ਨਹੀਂ ਮਿਲਦਾ ਪਾਣੀ ਦੀ ਸਪਲਾਈ ਵਿੱਚ ਕਮੀ ਦਾ ਜਿਹੜਾ ਬੋਝ ਹੈਗਾ ਆ ਇਹ ਜ਼ਿਆਦਾਤਰ ਗਰੀਬ ਲੋਕਾਂ ਤੇ ਹੀ ਪੈਂਦਾ ਆ ਕਿਉਂਕਿ ਜਿਹੜੇ ਅਮੀਰ ਲੋਕ ਨੇ ਟੈਂਕ ਟੈਂਕਰ ਦੀਆਂ ਫੈਸਿਲਿਟੀਆਂ ਲੈ ਲੈਂਦੇ ਆ ਬੋਤਲਾਂ ਦਾ ਪਾਣੀ ਪੀ ਲੈਂਦੇ ਆ ਬਟ ਗਰੀਬ ਲੋਕਾਂ ਲਈ ਪੋਸੀਬਲ ਨਹੀਂ ਹੋ ਪਾਉਂਦਾ ਕਿ ਇਹਨਾਂ ਫੈਸਿਲਿਟੀਆਂ ਨੂੰ ਕੀ ਕੀ ਕਰਨ ਵੀ ਉਹਨਾਂ ਤੋਂ ਉਹਨਾਂ ਤੋਂ ਬੈਨੀਫਿਟ ਲੈ ਸਕਣ ਗੱਲ ਕੀਤੀ ਜਾਂਦੀ ਹੈ ਕਿ ਅਮੀਰ ਲੋਕਾਂ ਕੋਲ ਤਾਂ ਵਿਕਲਪ ਹੈਗੇ ਆ ਕਿ ਬੋਤਲਾਂ ਵਾਲਾ ਪਾਣੀ ਪੀ ਸਕਦੇ ਆ ਬਟ ਉਹ ਪਿਉਰੀਫਾਈ ਪਾਣੀ ਪੀ ਸਕਦੇ ਆ ਫਿਲਟਰ ਲਗਾ ਸਕਦੇ ਆ ਬਟ ਗਰੀਬ ਲੋਕ ਨਹੀਂ ਨਾ ਕਰ ਸਕਦੇ ਇਹ ਸਾਰੇ ਕੰਮ ਇਸ ਤੋਂ ਬਾਅਦ ਇੱਕ ਹੋਰ ਇਹਨਾਂ ਨੇ ਗੱਲ ਦੱਸੀ ਹੈ ਕਿ ਕਿਸਾਨਾਂ ਦਾ ਪਾਣੀ ਇੱਕ ਸਿਗੀ ਇੱਕ ਜਗ੍ਹਾ ਸਿਗੀ ਉੱਥੇ ਕੀ ਕੀਤਾ ਜਾਂਦਾ ਸੀਗਾ ਕੁਝ ਨਿੱਜੀ ਕੰਪਨੀਆਂ ਆ ਗਈਆਂ ਨਿੱਜੀ ਕੰਪਨੀਆਂ ਨਾ ਕਿਸਾਨਾਂ ਤੋਂ ਪਾਣੀ ਲੈ ਜਾਂਦੀਆਂ ਸੀਗੀਆਂ ਇੱਕ ਇਹਨਾਂ ਨੇ ਉਦਾਹਰਣ ਦੱਸੀ ਹੈ ਜਿਹੜੀ ਗੱਲ ਹੈਗੀ ਆ ਕਿ ਨਿੱਜੀ ਕੰਪਨੀਆਂ ਸੀਗੀਆਂ ਪ੍ਰਾਈਵੇਟ ਕੰਪਨੀਆਂ ਇਹ ਕੀ ਕਰਦੀਆਂ ਸੀ ਇਹ ਆਸ-ਪਾਸ ਥਾਵਾਂ ਤੋਂ ਨਾ ਪਾਣੀ ਖਰੀਦ ਕੇ ਸ਼ਹਿਰਾਂ ਨੂੰ ਮੁਹੱਈਆ ਕਰਵਾਉਂਦੀਆਂ ਸੀਗੀਆਂ ਜਿਵੇਂ ਕਿ ਚੇਨਈ ਵਿੱਚ 13000 ਤੋਂ ਵੱਧ ਪਾਣੀ ਦੇ ਜਿਹੜੇ ਟੈਂਕਰਾਂ ਦੀ ਫਲੀਟ ਸੀਗੀ ਇਹ ਕੀ ਕਰਦੇ ਸੀਗੇ ਇੱਥੋਂ ਨੇੜੇ ਦੇ ਜਿਹੜੇ ਕਸਬੇ ਸੀਗੇ ਉੱਥੇ ਭੇਜਦੇ ਸੀਗੇ ਇੱਥੇ ਕੁਝ ਥਾਵਾਂ ਦਾ ਨਾਮ ਲਿਆ ਹੋਇਆ ਇਹਨਾਂ ਨੇ ਜਿਵੇਂ ਮਾਮਦੂਰ ਪਾਲੂਰ ਕਰੂਗੀਜੀ ਕਰੂਗੀਜੀ ਨਾ ਇਹ ਤਿੰਨ ਕੁਝ ਥਾਵਾਂ ਨੇ ਜੀ ਇੱਥੋਂ ਕੀ ਕਰਦੇ ਸੀਗੇ ਇੱਥੋਂ ਕਿਸਾਨਾਂ ਤੋਂ ਇਹ ਪਾਣੀ ਲੈ ਲੈਂਦੇ ਸੀਗੇ ਤੇ ਕਿਸਾਨਾਂ ਤੋਂ ਜ਼ਿਆਦਾ ਪਾਣੀ ਲੈਣ ਕਰਕੇ ਜਿਹੜੇ ਪਿੰਡ ਦੇ ਲੋਕ ਸੀਗੇ ਉਹਨਾਂ ਨੂੰ ਵੀ ਕਹਿ ਲਓ ਕਿ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਇੱਥੇ ਇਹ ਗੱਲਾਂ ਵੀ ਵੇਖਣ ਨੂੰ ਮਿਲਦੀਆਂ ਸੀ ਹੁਣ ਆਪਾਂ ਗੱਲ ਕਰਦੇ ਹਾਂ ਵਿਕਲਪਾਂ ਦੀ ਖੋਜ ਹੋਰ ਆਪਸ਼ਨਸ ਕੀ ਹੋ ਸਕਦੀਆਂ ਨੇ ਗੱਲ ਕੀਤੀ ਜਾਂਦੀ ਹੈ ਕਿ ਭਾਰਤ ਵਿੱਚ ਇੱਕ ਸ਼ਹਿਰੀ ਖੇਤਰ ਵਿੱਚ ਕਹਿੰਦੇ ਕਿ ਭਾਰਤ ਵਿੱਚ ਇੱਕ ਸ਼ਹਿਰੀ ਖੇਤਰ ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਸਪਲਾਈ ਲਗਭਗ ਹੁਣੀ ਕਿੰਨੀ ਚਾਹੀਦੀ ਹੈ ਪਹਿਲਾਂ ਤਾਂ ਇਸ ਗੱਲ ਨੂੰ ਸਮਝੋ 135 ਲੀਟਰ ਪ੍ਰਤੀ ਦਿਨ ਹੋਣੀ ਚਾਹੀਦੀ ਹੈ ਕਿੰਨੀ ਹੋਣੀ ਚਾਹੀਦੀ ਹੈ ਜੀ 135 ਲੀਟਰ 135 ਲੀਟਰ ਲਗਭਗ 7 ਬਾਲਟੀਆਂ ਹੁੰਦੀਆਂ ਨੇ 7 ਬਾਲਟੀ ਪਾਣੀ ਹਰ ਵਿਅਕਤੀ ਨੂੰ ਮਿਲਣਾ ਚਾਹੀਦਾ ਡੇਲੀ ਦਾ ਫਿਰ ਕਹਿ ਸਕਦੇ ਹਾਂ ਕਿ ਉਹਦਾ ਠੀਕ ਠਾਕ ਗੁਜ਼ਾਰਾ ਹੋ ਸਕਦਾ ਬਟ ਐਕਚੁਅਲ ਵਿੱਚ ਇਹਨਾਂ ਲੋਕਾਂ ਨੂੰ ਕਿੰਨਾ ਪਾਣੀ ਮਿਲ ਰਿਹਾ ਐਕਚੁਅਲ ਵਿੱਚ ਇਹਨਾਂ ਲੋਕਾਂ ਨੂੰ ਝੋਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਤੀ ਵਿਅਕਤੀ ਇੱਥੇ ਦੀ ਆਪਾਂ ਗੱਲ ਕਰ ਰਹੇ ਹਾਂ ਸਿਰਫ 20 ਲੀਟਰ ਪਾਣੀ ਮਿਲ ਰਿਹਾ ਭਾਵ ਕਿ ਇੱਕ ਬਾਲਟੀ ਮਿਲ ਰਹੀ ਹੈ ਮਿਲਣੀ ਕਿੰਨੀ ਚਾਹੀਦੀ ਸੀ ਇਸਕੀ ਸੱਤ ਬਾਲਟੀ ਮਿਲਣੀ ਚਾਹੀਦੀ ਸੀ ਬਟ ਐਕਚੁਅਲ ਵਿੱਚ ਮਿਲ ਕਿੰਨਾ ਰਿਹਾ ਸਿਰਫ ਇੱਕ ਬਾਲਟੀ ਇਹਨਾਂ ਨੂੰ ਪਾਣੀ ਮਿਲ ਰਿਹਾ ਸੋ ਤੁਸੀਂ ਆਪ ਸੋਚੋ ਇਹ ਗੁਜ਼ਾਰਾ ਕਿਵੇਂ ਕਰਨਗੇ ਬਟ ਜੇ ਆਪਾਂ ਕੰਪੇਅਰ ਕਰਦੇ ਹਾਂ ਉਹਨਾਂ ਹੋਟਲਾਂ ਨਾਲ ਜਿਹੜੇ ਲਗਜ਼ਰੀ ਹੋਟਲ ਹੁੰਦੇ ਆ ਲਗਜ਼ਰੀ ਹੋਟਲ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹ ప్రతి ਦਿਨ 1600 ਲੀਟਰ ਭਾਵ 80 ਬਾਲਟੀਆਂ ਪਾਣੀ ਦੀ ਖਪਤ ਕਰ ਸਕਦੇ ਆ ਭਾਵ ਇਹ ਕਿ ਉਹਨਾਂ ਕੋਲ ਪਾਣੀ ਦੀ ਅਵੇਲੇਬਿਲਟੀ ਇੰਨੀ ਆ ਬਟ ਇਹੀ ਤੁਸੀਂ ਜੇ ਕੰਪੇਅਰ ਕਰਦੇ ਹੋ ਕਿ ਜਿਹੜੇ ਝੋਪੜੀਆਂ ਵਿੱਚ ਰਹਿਣ ਵਾਲੇ ਲੋਕ ਨੇ ਇਹਨਾਂ ਨੂੰ ਸਿਰਫ 20 ਲੀਟਰ ਪਾਣੀ ਭਾਵ ਸਿਰਫ ਇੱਕ ਬਾਲਟੀ ਪਾਣੀ ਮਿਲ ਰਿਹਾ ਐਕਚੁਅਲ ਵਿੱਚ ਉਹਨਾਂ ਦੀ ਨੀਡ ਕਿੰਨੀ ਆ ਠੀਕ ਠਾਕ ਗੁਜ਼ਾਰਾ ਕਰਨ ਲਈ 135 ਲੀਟਰ ਭਾਵ ਸਾਧ ਬਾਲਟੀਆਂ ਦੀ ਜਰੂਰਤ ਹੈ ਬਟ ਮਿਲ ਸਿਰਫ ਇੱਕ ਬਾਲਟੀ ਪਾਣੀ ਰਿਹਾ ਉਹਨਾਂ ਨੂੰ ਫਿਰ ਇਹਨਾਂ ਨੇ ਇੱਕ ਐਗਜ਼ਾਮਪਲ ਲਈ ਹੈ ਇੱਕ ਸ਼ਹਿਰ ਹੈਗਾ ਯਾ ਕੀ ਨਾਮ ਹੈਗਾ ਜੀ ਬ੍ਰਾਜ਼ੀਲ ਦਾ ਇੱਕ ਸ਼ਹਿਰ ਆ 포토 एलेਗਰੀ 포토 एलेਗਰੀ ਨਾਮ ਦੀ ਜਗ੍ਹਾ ਹੈਗੀ ਆ ਜਿੱਥੇ ਪਾਣੀ ਦੀ ਜਿਹੜੀ ਸਪਲਾਈ ਦਾ ਕੰਮ ਹੈਗਾ ਸਰਕਾਰ ਨੂੰ ਦਿੱਤਾ ਗਿਆ ਐਂਡ ਇੱਥੇ ਕੀ ਹੁੰਦਾ ਆ ਇੱਥੇ ਨਾ ਸਭ ਤੋਂ ਦੁਨੀਆ ਵਿੱਚ ਸਭ ਤੋਂ ਘੱਟ ਮੌਤਾਂ ਹੁੰਦੀਆਂ ਨੇ ਭਾਵੇਂ ਇਹ ਕਿ ਜੇਕਰ ਆਪਾਂ ਦੂਜੇ ਸ਼ਹਿਰਾਂ ਨਾਲ ਮੁਕਾਬਲਾ ਕਰੀਏ ਕੰਪੇਅਰ ਕਰੀਏ ਤਾਂ ਇੱਥੇ ਸਭ ਤੋਂ ਘੱਟ ਮੌਤਾਂ ਹੁੰਦੀਆਂ ਨੇ ਕਿਉਂ ਕਿ ਕਿਉਂਕਿ ਇੱਥੇ ਪੀਣ ਵਾਲਾ ਜਿਹੜਾ ਪਾਣੀ ਹੈ ਉਹ ਕਾਫੀ ਸਾਫ਼ ਪ੍ਰੋਵਾਈਡ ਕਰਵਾਇਆ ਜਾਂਦਾ ਸਾਫ਼ ਪਾਣੀ ਹੋਣ ਕਰਕੇ ਐਂ ਜਿਹੜੀ ਪਾਣੀ ਦੀ ਕੀਮਤ ਹੈਗੀ ਹੈ ਉਹ ਵੀ ਬਹੁਤ ਜ਼ਿਆਦਾ ਘੱਟ ਹੋਣ ਕਰਕੇ ਕਿਉਂਕਿ ਗਰੀਬਾਂ ਤੋਂ ਸਾਫ਼ ਪਾਣੀ ਦਾ ਜਿਹੜਾ ਮੁੱਲ ਹੈਗਾ ਆ ਇੰਨਾ ਨਹੀਂ ਵਸੂਲਿਆ ਜਾਂਦਾ ਅੱਧੀ ਕੀਮਤ ਤੇ ਹੀ ਉਹਨਾਂ ਨੂੰ ਪਾਣੀ ਦੇ ਦਿੱਤਾ ਜਾਂਦਾ ਸੋ ਇੱਥੇ ਇਹ ਗੱਲ ਵੇਖਣ ਨੂੰ ਮਿਲੀ ਹੈ ਕਿ ਇੱਥੇ ਜਿਹੜੀਆਂ ਮੋਟ ਮੌਤਾਂ ਨੇ ਉਹ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਨੇ ਸੇਮ ਗੱਲ ਨੂੰ ਆਪਾਂ ਰਿਪੀਟ ਕਰਨ ਜਾ ਰਹੇ ਹਾਂ ਕਿ ਇਹ ਇਸ ਕਰਕੇ ਹੀ ਪ੍ਰਾਈਵੇਟ ਹੱਥਾਂ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਆਪਾਂ ਕੇਸ ਦੇ ਵਿੱਚ ਵੇਖਦੇ ਹਾਂ ਕਿ ਜਦੋਂ ਇਹ ਪਾਣੀ ਵਰਗੀਆਂ ਜ਼ਰੂਰਤਮੰਦ ਜਿਹੜੀਆਂ ਚੀਜ਼ਾਂ ਨੇ ਜੇਕਰ ਇਹ ਪਾਣੀ ਵਰਗੀਆਂ ਚੀਜ਼ਾਂ ਪ੍ਰਾਈਵੇਟ ਹੱਥਾਂ ਵਿੱਚ ਆ ਗਈਆਂ ਤੇ ਆਪਾਂ ਨੂੰ ਪਾਣੀ ਪੀਣ ਲਈ ਵੀ ਕਾਫੀ ਜ਼ਿਆਦਾ ਜਿਹੜਾ ਪੈਸਾ ਹੈਗਾ ਆ ਉਹ ਦੇਣਾ ਪਊਗਾ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਕਿਉਂਕਿ ਪ੍ਰਾਈਵੇਟ ਕੰਪਨੀਆਂ ਦਾ ਕੰਮ ਹੈਗਾ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਨਾ ਕਿ ਕਹਿ ਸਕਦੇ ਹਾਂ ਲੋਕ ਭਲਾਈ ਦਾ ਕੰਮ ਕਰਨਾ ਸੋ ਜਿਆਦਾ ਪੈਸੇ ਲੈਣਗੇ ਤੇ ਜਿਹਦੇ ਨਾਲ ਕੀ ਹੋਊਗਾ ਜਿਹਦੇ ਨਾਲ ਗਰੀਬ ਬੰਦਾ ਜਿਹੜਾ ਹੈਗਾ ਆ ਪੀਣ ਵਰਗੀਆਂ ਪਾਣੀ ਵਾਲੀਆਂ ਸਹੂਲਤਾਂ ਨੂੰ ਵੀ ਪੂਰਾ ਨਹੀਂ ਕਰ ਸਕਦਾ ਇਹਨਾਂ ਨੇ ਇੱਕ ਹੋਰ ਗੱਲ ਦੱਸੀ ਹੈ ਕਿ ਬੋਲਵੀਆ ਦੇ ਵਿੱਚ ਆਪਾਂ ਐਗਜ਼ਾਮਪਲ ਵੇਖਦੇ ਆ ਕਿ ਬੋਲਵੀਆ ਸ਼ਹਿਰ ਦੇ ਵਿੱਚ ਕੀ ਹੋ ਗਿਆ ਸੀਗਾ ਪ੍ਰਾਈਵੇਟ ਪਲੇਅਰਸ ਨੂੰ ਦਿੱਤਾ ਗਿਆ ਇਹ ਕੰਮ ਪਾਣੀ ਵਾਲਾ ਤੇ ਉੱਥੇ ਦੰਗੇ ਭੜਕ ਗਏ ਕਿਉਂਕਿ ਲੋਕਾਂ ਨੂੰ ਜਦੋਂ ਪੀਣ ਲਈ ਪਾਣੀ ਨਾ ਮਿਲੇ ਜਿਆਦਾ ਪੈਸੇ ਜੇ ਮੰਗੇ ਜਾਣ ਤੇ ਲੋਕ ਕਰਨਗੇ ਕੀ ਲੋਕ ਫਿਰ ਅੱਗੇ ਸੜਕਾਂ ਤੇ ਤੇ ਇਹ ਮਜਬੂਰ ਕਰਤਾ ਸਰਕਾਰ ਨੂੰ ਕਿ ਤੁਸੀਂ ਨਿਜੀ ਹੱਥਾਂ ਤੋਂ ਜਿਹੜੀਆਂ ਇਹ ਸੇਵਾਵਾਂ ਨੇ ਵਾਪਸ ਲੈ ਲਓ ਕਿਉਂਕਿ ਸਾਡਾ ਸਰਦਾ ਨਹੀਂ ਪਿਆ ਅਸੀਂ ਜਾਦਾ ਪੈਸੇ ਦੇ ਰਹੇ ਆ ਇਹਨਾਂ ਨੂੰ ਠੀਕ ਹੈ ਜੀ ਸੋ ਇੱਥੇ ਹੋਰ ਵੀ ਇਹਨਾਂ ਨੇ ਮੁੰਬਈ ਵਰਗੇ ਸ਼ਹਿਰਾਂ ਦੀ ਕੁਝ ਐਗਜ਼ਾਮਪਲਾਂ ਦਸੀਆਂ ਨੇ ਐਂਡ ਮੁੰਬਈ ਵਰਗੇ ਸ਼ਹਿਰਾਂ ਤੋਂ ਬਾਅਦ ਕੁਝ ਹਦਰਾਬਾਦ ਚੇਨਈ ਦੀ ਇਹਨਾਂ ਨੇ ਥੋੜੀ ਬਹੁਤ ਜਿਹੜੀ ਗੱਲ ਹੈਗੀ ਹੈ ਇਹ ਇਹਨਾਂ ਦੁਆਰਾ ਕੀਤੀ ਗਈ ਆ ਇਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਇੰਪੋਰਟੈਂਟ ਗੱਲ ਦੱਸੀ ਹੈ ਕਿ ਪੀਣ ਵਾਲੇ ਸਾਫ ਪਾਣੀ ਤੋਂ ਇਲਾਵਾ ਪਾਣੀ ਦੀ ਹੋਰ ਪਾਣੀ ਤੋਂ ਹੋਣ ਵਾਲੀਆਂ ਕਹਿ ਸਕਦੇ ਆ ਕੀ ਬਿਮਾਰੀਆਂ ਦੀ ਰੋਕਥਾਮ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਜਦੇ ਲਈ ਸਾਫ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ 2011 ਦੇ ਕਹਿੰਦੇ ਵੀ ਆਫੀਸ਼ਲ ਡਾਟੇ ਦੇ ਅਕੋਰਡਿੰਗ ਭਾਰਤ ਵਿੱਚ ਕਹਿੰਦੇ 87% ਪਰਿਵਾਰ ਕੋਲ ਪੀਣ ਵਾਲੇ ਪਾਣੀ ਦੀ ਪਹੁੰਚ ਹੈਗੀ ਆ ਇਹਦਾ ਮਤਲਬ ਇਹ ਹੋਇਆ ਕਿ 87% ਪਰਿਵਾਰ ਜੇ ਪਾਣੀ ਪੀ ਰਿਹਾ ਤੇ 13% ਪਰਿਵਾਰ ਜਿਹੜੇ ਰਹਿ ਗਏ ਉਹਨਾਂ ਨੂੰ ਤਾਂ ਫਿਰ ਪਾਣੀ ਪ੍ਰੋਪਰ ਨਹੀਂ ਮਿਲ ਰਿਹਾ ਇਹਦਾ ਮਤਲਬ ਤਾਂ ਇਹੀ ਹੋਇਆ ਨਾ ਤੇ ਅੱਗੇ ਵੇਖੋ ਇੱਥੇ 53% ਦਾ ਡਾਟਾ ਦਿੱਤਾ ਹੋਇਆ ਕੀ 53% ਕੋਲ ਸੈਨੀਟੇਸ਼ਨ ਨਿਵਾਸ ਦੇ ਆਹਾਤੇ ਦੇ ਅੰਦਰ ਟਾਇਲਟ ਸਹੂਲਤਾਂ ਹੈਗੀ ਹੈ ਮਤਲਬ ਜੇਕਰ 53% ਤੇ ਇਹਦਾ ਵੇਖ ਲਓ ਕਿੰਨਾ ਬਣ ਗਿਆ ਲਗਭਗ 47% ਬਣ ਗਿਆ ਕਿ ਨਹੀਂ ਬਣ ਗਿਆ ਕਿ 47% ਲੋਕਾਂ ਕੋਲ ਵੈਸੇ 2011 ਦੇ ਆਕੜਿਆਂ ਦੀ ਗੱਲ ਆ ਕਿ ਇਹਨਾਂ ਲੋਕਾਂ ਕੋਲ ਟਾਇਲਟ ਵਰਗੀਆਂ ਸਹੂਲਤਾਂ ਵੀ ਨਹੀਂ ਹੈਗੀਆਂ ਸੋ ਤੁਸੀਂ ਵੇਖੋ ਕਿ ਸਾਫ ਸਫਾਈ ਕਿਵੇਂ ਰਹੂਗੀ ਐਂਡ ਜਿਹੜੇ ਲੋਕ ਗਰੀਬ ਹੈਗੇ ਆ ਸਿਰਫ ਉਹਨਾਂ ਕੋਲ ਹੀ ਇਹ ਜੜੀਆਂ ਫੈਸਿਲਿਟੀਆਂ ਨੇ ਉਹ ਨਹੀਂ ਹੈਗੀਆਂ ਇਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਗੱਲ ਦੱਸੀ ਹੈ ਮੈਂ ਇਹਨੂੰ ਜ਼ਿਆਦਾ ਐਕਸਪਲੇਨ ਨਹੀਂ ਕਰੂੰਗਾ ਸੁਲਭ ਇੱਕ ਗੈਰ ਸਰਕਾਰੀ ਸੰਸਥਾ ਹੈਗੀ ਆ ਠੀਕ ਆ ਜੀ ਸੁਲਭ ਕੀ ਹੈ ਸੁਲਭ ਇੱਕ ਐਨਜੀਓ ਹੈ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਇਹਨੇ ਕਾਫੀ ਸਾਰੇ ਕੰਮ ਕੀਤੇ ਹੋਇਆ ਇਹਨਾਂ ਗਰੀਬ ਲੋਕਾਂ ਲਈ ਕਹਿੰਦੇ ਪਿਛਲੇ 5 ਸਾਲਾਂ ਤੋਂ ਇਹ ਇਹਨਾਂ ਦੁਆਰਾ ਕੰਮ ਕੀਤਾ ਜਾ ਰਿਹਾ ਗਰੀਬ ਲੋਕਾਂ ਲਈ ਕੰਮ ਕਰਦੇ ਆ 8500 ਤੋਂ ਵੱਧ 8500 ਤੋਂ ਵੱਧ ਕਮਿਊਨਿਟੀ ਟਾਇਲਟ ਇਹਨਾਂ ਨੇ ਬਣਾਇਆ 1.5 ਮਿਲੀਅਨ ਤੋਂ ਜ਼ਿਆਦਾ 1.5 ਮਿਲੀਅਨ ਤੋਂ ਜ਼ਿਆਦਾ ਇਨਾਂ ਨੇ ਟਾਇਲਟਸ ਵਗੈਰਾ ਬਣਾਏ ਆ 20 ਮਿਲੀਅਨ ਕਾ ਗੱਲ ਕੀਤੀ ਜਾ ਰਹੀ ਆ 20 ਮਿਲੀਅਨ ਲੋਕਾਂ ਨੂੰ ਸਵੱਛਤਾ ਸਾਫ ਸਫਾਈ ਵੱਲ ਇਹ ਲੈ ਕੇ ਗਏ ਆ ਐਂਡ ਇਨਾਂ ਨੇ ਬਾਅਦ ਵਿੱਚ ਸਰਕਾਰੀ ਲੋਕਾਂ ਨਾਲ ਕਹਿ ਸਕਦੇ ਆ ਕਿ ਨਗਰਪਾਲਿਕਾਵਾ ਜਾਂ ਫਿਰ ਹੋਰ ਸਥਾਨਿਕ ਅਥਾਰਟੀਆਂ ਨਾਲ ਸਮਝੌਤੇ ਕੀਤੇ ਆ ਜਿਹਦੇ ਨਾਲ ਇਹ ਜ਼ਰੂਰਤਮੰਦ ਲੋਕਾਂ ਨੂੰ ਇਹ ਜਿਹੜੀਆਂ ਆ ਵੱਡੀਆਂ ਚੀਜ਼ਾਂ ਨੇ ਜੀ ਪ੍ਰੋਵਾਈਡ ਕਰਵਾ ਰੇ ਆ ਟਾਇਲਟ ਵਰਗੀਆਂ ਜਿਹੜੀਆਂ ਬੇਸਿਕ ਚੀਜ਼ਾਂ ਹੁੰਦੀਆਂ ਨੇ ਐਟ ਲਾਸਟ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ 2001 ਦੇ ਆਕੜਿਆਂ ਅਨੁਸਾਰ ਪਿੰਡੂ ਘਰੇਲੂ ਬਿਜਲੀਕਰਨ 44% ਹੈਗਾ ਸੀ ਇਹਦਾ ਮਤਲਬ ਇਹ ਹੈ ਕਿ ਕਾਫੀ ਸਾਰੇ ਪਰਿਵਾਰ ਜਿਨ੍ਹਾਂ ਕੋਲ ਬਿਜਲੀ ਨਹੀਂ ਹੈਗੀ ਤੁਸੀਂ ਵੇਖ ਸਕਦੇ ਹੋ 44% ਕੋਲ ਜੇ ਘਰ ਹੈ ਤੇ ਜਿਹੜੇ ਕਹਿ ਸਕਦੇ ਆ ਬਿਜਲੀ ਹੈਗੀ ਆ ਸਿਰਫ ਇਹਨਾਂ ਕੋਲ ਤੇ 78 ਮਿਲੀਅਨ ਘਰ ਇਹੋ ਜਿਹੇ ਆ ਜਿਹੜੇ ਕਿ ਅਜੇ ਵੀ ਹਨੇਰੇ ਵਿੱਚ ਹੈਗੇ ਹਾਲਾਂਕਿ ਇਹ ਡਾਟਾ ਹੈਗਾ 2001 ਦਾ ਐਂਡ ਆਪਣੇ ਕੋਲ ਸਿਰਫ 2001 ਦਾ ਡਾਟਾ ਹੀ ਪਿਆ ਆ ਲੇਟੈਸਟ ਡਾਟਾ ਇਨਾਂ ਵੱਲੋਂ ਨਹੀਂ ਅਪਲੋਡ ਕੀਤਾ ਗਿਆ ਬਟ ਫਿਰ ਵੀ ਇਹ ਸਮਝਣ ਦੀ ਗੱਲ ਹੈ ਕਿ 2001 ਤੱਕ ਵੀ ਸਿਰਫ 44% ਜਿਹੜੇ ਘਰ ਹੈਗੇ ਆ ਜਿਨ੍ਹਾਂ 'ਚ ਬਿਜਲੀ ਹੈਗੀ ਆ ਤੇ 78 ਮਿਲੀਅਨ ਘਰ ਅਜੇ ਵੀ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਵਿੱਚ ਬਿਜਲੀ ਨਹੀਂ ਹੈਗੀ ਕਨਕਲੂਜਨ ਦੇ ਵਿੱਚ ਗੱਲ ਕਰਦੇ ਆ ਕਿ ਸਰਕਾਰ ਨੂੰ ਇਨਸ਼ੋਰ ਕਰਨਾ ਚਾਹੀਦਾ ਕਿ ਇਹੋ ਜੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹ ਕਿਤੇ ਕੋਲ ਨਹੀਂ ਜਾਣੀਆਂ ਚਾਹੀਦੀਆਂ ਇਹੋ ਜੀਆਂ ਫੈਸਿਲਿਟੀਆਂ ਪ੍ਰਾਈਵੇਟ ਪਲੇਅਰਸ ਕੋਲ ਨਹੀਂ ਜਾਣੀਆਂ ਚਾਹੀਦੀਆਂ ਐਂ ਸਰਕਾਰ ਨੂੰ ਇਨਸ਼ੋਰ ਕਰਨਾ ਚਾਹੀਦਾ ਕਿ ਪਾਣੀ ਸਿਹਤ ਸਿੱਖਿਆ ਇਹੋ ਜਿਹੜੇ ਅਧਿਕਾਰ ਨੇ ਫੈਸਿਲਿਟੀਆਂ ਨੇ ਇਹ ਲੋਕਾਂ ਤੱਕ ਵਈ ਵਧੀਆ ਤਰੀਕੇ ਨਾਲ ਪਹੁੰਚ ਸਕਣ ਘੱਟ ਕੀਮਤਾ ਦੇ ਪਹੁੰਚ ਸਕਣ ਤਾਂ ਕਿ ਹਰ ਕੋਈ ਇਸ ਇਹਨਾਂ ਚੀਜ਼ਾਂ ਨੂੰ ਅਫੋਰਡ ਕਰ ਸਕੇ ਸੋ ਇਹ ਸਗਾ ਅੱਜ ਦਾ ਆਪਣਾ ਚੈਪਟਰ ਹੋਪਸ ਸੋ ਤੁਸੀਂ ਕਾਫੀ ਸਾਰੀਆਂ ਗੱਲਾਂ ਸਿੱਖੀਆਂ ਹੋਣਗੀਆਂ ਜੇਕਰ ਵੀਡੀਓ ਹੈਲਪਫੁਲ ਲੱਗੀ ਸੀਗੀ ਤੇ ਲਾਈਕ ਦਾ ਜਿਹੜਾ ਬਟਨ ਹੈਗਾ ਜੀ ਉਹ ਤੁਸੀਂ ਜਰੂਰ ਪ੍ਰੈਸ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਂਡ ਬੈਲ ਆਈਕਨ ਪ੍ਰੈਸ ਕਰ ਦਿਓ ਐਂਡ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching god bless you all